ਰਸੂਲਪੁਰ ਦੀ ਤੇ ਇਧਰ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਟੀਮ ਹੈ ਠੰਡੇਵਾਲ ਦੀ ਗਰਾਊਂਡ ਦੇ ਵਿੱਚ ਔਰ ਇਸ ਨੌਜਵਾਨ ਦਾ ਨਾਮ ਖੋਸੇ ਕੋਟਰੇ ਵਾਲੇ ਹਰਜੀਤ ਸਿੰਘ ਹੈ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਖਿਡਾਰੀਆਂ ਦੇ ਵੱਲੋਂ ਕਿ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਜ਼ਰੂਰ ਪੁੱਜਦਾ ਕਰ ਦਿਓ ਸੋ ਧੰਨਵਾਦ ਕਰਦੇ ਹਾਂ ਮਾਸਟਰ ਸਾਊਂਡ ਸਰਵਿਸ ਪਧੌੜ ਇਹਨਾਂ ਦਾ ਧੰਨਵਾਦ ਹੈ ਕਬੱਡੀ ਫੀਵਰ .com ਦਾ ਧੰਨਵਾਦ ਹੈ ਕਬੱਡੀ 365.com ਦਾ ਧੰਨਵਾਦ ਹੈ ਮਾਲਵਾ TV.com ਦਾ ਧੰਨਵਾਦ ਹੈ ਇੱਧਰ ਦੇਖੋ ਪਹਿਲਾਂ ਜਿਵੇਂ ਦੱਸਿਆ ਆਸਾ ਵੋਟਰ ਵਾਲੇ ਨੇ ਵੀ ਹਰਜੀਤ ਨਾਮ ਹੈ ਤੇ ਆਸਾ ਵੋਟਰ ਵਾਲਿਆਂ ਪਿੰਡ ਦੇ ਵਿੱਚ ਇਹ ਮੁੰਡੇ ਦਾ ਉਹ ਨਾਂ ਹੈ ਜਿਹੜਾ ਦਿਲ ਜਲੇ ਫਿਲਮ ਦੇ ਵਿੱਚ ਅਜੇ ਦੇਵਗਨ ਦਾ ਨਾਂ ਹੁੰਦਾ ਹੈ ਸ਼ਾਕਾ ਇਹ ਕਹਿੰਦੇ ਸ਼ਾਕਾ ਬੋਠਾ ਵਾਲੇ ਪਿੰਡ ਦਾ ਬਹੁਤ ਤਕੜੇ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ ਲੋਕੀ ਆਹ ਗੱਭਰੂ ਨੂੰ ਪਿਆਰ ਨਾਲ ਚਿੜੀ ਕਹਿੰਦੇ ਆ ਲੋਕ ਕੋਈ ਸੀਰਾ ਕਹਿੰਦਾ ਹੈ ਰਸੂਲਪੁਰ ਪਿੰਡ ਹੈ ਮੁੰਡੇ ਦਾ ਤਹਿਸੀਲ ਜਗਰਾਓ ਜ਼ਿਲ੍ਹਾ ਲੁਧਿਆਣਾ ਹੈ ਲਓ ਸਾਹਮਣੇ ਸੀਰੇ ਦੀ ਪਾਈ ਹੋਈ ਕਬੱਡੀ ਉੱਧਰ ਦੋ ਨੰਬਰ ਤੋਂ ਵੱਧ ਕੇ ਸੀਪੇ ਨੇ ਟਰਾਈ ਕੀਤੀ ਹੈ ਤੇ ਸ਼ੀਰਾ ਰਸੂਲਪੁਰੀਆ ਕਬੱਡੀ ਬੋਲ ਹੋਇਆ ਉੱਧਰ ਦੇਖੋ ਸਵਾਦ ਕਬੱਡੀ ਦਾ ਐਂਡ ਕਹਿੰਦੇ ਸਾਰੇ ਰਾਹ ਬੰਦ ਕਰਤੇ ਵੀ ਭੱਜੋ ਮਾਸੀ ਦਾ ਪੁੱਤਾ ਕਿੱਧਰ ਦੀ ਭੱਜਦਾ ਹੈ ਲੋ ਮੁੰਡੇ ਨੇ ਜੱਥਾ ਲਾਇਆ ਤੇ ਪੂਰਾ ਤੁੰਨ ਕੇ ਲਾਇਆ ਪੁਆਇੰਟ ਜਾਫੀਆਂ ਦਾ ਕਬੱਡੀ ਥੰਬੀ ਵਾਲੀਏ ਦੀ ਤੇ ਮੈਚ ਤੇ ਯਾਰ ਆਸਾ ਵੋਟਰ ਵਾਲਾ ਉੱਧਰਲੇ ਪਾਸੇ ਵਿੱਕੀ ਨਾ ਸਨਾਉਣ ਦਾ ਜ਼ਿਲ੍ਹੇ ਮੁਕਤਸਰ ਦਾ ਕਹਿੰਦੇ ਥਾਂਦੇ ਵਾਲਾ ਪਿੰਡ ਬੜਾ ਮਸ਼ਹੂਰ ਹੈ ਜਿਵੇਂ ਹਰੀ ਕੇ ਕਲਾ ਜਗਦੀਪ ਸਿੰਘ ਜੀ ਬਰਾੜ ਸਾਹਿਬ ਹੋਰੀ ਪੁੱਜੇ ਹੋਏ ਨੇ ਹਰਦੀਪ ਸਿੰਘ ਜੀ ਬਰਾੜ ਸਾਹਿਬ ਹੋਰੀ ਰਿੰਕੂ ਬੀਹਲਾ ਦੇ ਮਾਸੜ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਣੇ ਨਾਲ ਸੋ ਬਹੁਤ ਹੀ ਸਤਿਕਾਰ ਦੇ ਯੋਗ ਕੌਰ ਸਿੰਘ ਜੀ ਮਚਾਕੀ ਮੱਲ ਸਿੰਘ ਬਹੁਤ ਹੀ ਸਤਿਕਾਰ ਦੇ ਯੋਗ ਹਸਤੀਆਂ ਇਹਨਾਂ ਮੈਦਾਨਾਂ ਦੇ ਵਿੱਚ ਪੁੱਜੀਆਂ ਹੋਈਆਂ ਨੇ ਧੰਨਵਾਦ ਕਰਦੇ ਹਾਂ ਇੱਧਰਲੇ ਪਾਸੋਂ ਹੈਪੀ ਨਾਓ ਰਸੂਲਪੁਰ ਪਿੰਡ ਹੈ ਗੱਭਰੂ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਥਾਂਦੇ ਵਾਲੇ ਦੀ ਧਰਤੀ ਦੇ ਹੀਰੇ ਵਰਗੇ ਥਾਂਦੇ ਵਾਲੇ ਦੇ ਸ਼ੀਪੇ ਵਰਗੇ ਥਾਂਦੇ ਵਾਲਾ ਗੁਰਮੀਤ ਦਾ ਪਿੰਡ ਹੈ ਔਰ ਇੱਕ ਪਾਸੇ ਕਹਿੰਦੇ ਨੇ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਖਿਡਾਰੀ ਅੱਜ ਕੱਲ੍ਹ ਚੜ੍ਹਦੀ ਹੈ ਬਰੇਸ ਦਾ ਕੋਟ ਪਾਈ ਪਿੰਡ ਹੈ ਤਹਿਸੀਲ ਗਿੱਦੜਵਾਹਾ ਦੇ ਵਿੱਚ ਮੁਕਤਸਰ ਦੇ ਵਿੱਚ ਮੋਨੂ ਕੋਟ ਪਾਈ ਟਰਾਈ ਕਰਦਾ ਹੋਇਆ ਪਰ ਅੰਕ ਜਿਹੜਾ ਧਾਵੀ ਦੇ ਖਾਤੇ ਮਾਈਕ ਤੇ ਖੋਸੇ ਕੋਟਰੇ ਵਾਲਾ ਅਮਰੀਕ ਬਾਤ ਪਾਵੇਗਾ ਇੱਧਰ ਕਹਿੰਦੇ ਹਰਜੀਤ ਦੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਉਧਰ ਚਾਰ ਜਾਫੀ ਮਾਰਦੇ ਪੱਟਾਂ ਦੇ ਥਾਪੀਆਂ ਹੈ ਵੀ ਤੈਨੂੰ ਰੱਖਣਾ ਵੀ ਹੈ ਤੈਨੂੰ ਟੱਕਣਾ ਵੀ ਹੈ ਰਸੂਲਪੁਰ ਦੀ ਧਰਤੀ ਹੈ ਨਾਲ ਕਹਿੰਦੇ ਰਾਮਗੜ੍ਹ ਵਾਲਾ ਖੜਾ ਹੈ ਪਰ ਆਹ ਦੇਖੋ ਜੱਸੀ ਮੁੰਡਾ ਕਰਦਾ ਹੋਇਆ ਟਰਾਈ ਉਧਰ ਵੱਜ ਗਈ ਸਿਟੀ ਦੀ ਪੁਆਇੰਟ ਰੇਡਰ ਦਾ ਚੱਲ ਵੀ ਪਿੰਡੇ ਪਾ ਵੀ ਕਬੱਡੀ ਕਿ ਸਿਟੀ ਦੀ ਰਮਜ ਹੁੰਦੀ ਹੈ ਕਿਸੇ ਕਿਸੇ ਨੂੰ ਹਰ ਕੋਈ ਨਹੀਂ ਸਕਦਾ ਵਜਾ ਸਿਟੀ ਸਿਟੀ ਮਾਰ ਕੇ ਰੈਫਰੀ ਫਾਉਲ ਦਿੰਦੇ ਤੇ ਦਿੰਦੀ ਆ ਮੈਚ ਚਲਾ ਸਿਟੀ ਬਸ ਅੱਡੇ ਵਿੱਚ ਕੰਡਕਟਰ ਵਜਾਉਣ ਸਿਟੀ ਤੇ ਦਿੰਦੀ ਆ ਬਸ ਚਲਾ ਸਿਟੀ ਤੇ ਕੁੜੀਆਂ ਦੇ ਕਾਲਜ ਸਕੂਲ ਅੱਗੇ ਸਿਟੀ ਨਾਲ ਮਾਰ ਬੈਠੇ ਉੱਥੇ ਦਿੰਦੀ ਆ ਛਿੱਤਰ ਪਵਾ ਸਿਟੀ ਹਾਂਜੀ ਮੈਂ ਬੇਨਤੀ ਕਰਨ ਜਾ ਰਿਹਾ ਕਿ ਮਾਈਕ ਵਾਲੇ ਤਾਲਮੇਲ ਜ਼ਰੂਰ ਰੱਖਿਓ ਜਿਵੇਂ ਕੁੜੀਆਂ ਬੋਲੀ ਪਾਉਂਦੀਆਂ ਨੇ ਨਾ ਕਿ ਸਹੁਰੇ ਮੇਰੇ ਨੇ ਕਰੇਲੇ ਲਿਆਂਦੇ ਤੇ ਸੱਸ ਮੇਰੀ ਨੇ ਤੜਕੇ ਤੇ ਸਾਡੇ ਵਾਰੀ ਐਂ ਪਤੀਲਾ ਖੜ ਕੇ ਸੋ ਕਿਰਪਾ ਕਰਕੇ ਹੈਲੋ ਦੇ ਨਾਲ ਸੰਬੰਧ ਰੱਖ ਲਓ ਜਦੋਂ ਹੈਲੋ ਪਿਆਰ ਦੇ ਨਾਲ ਬੋਲੋ ਦੋ ਮਾਈਕ ਜਿਹੜੇ ਬੰਦ ਹੋ ਜਾਣ ਇੱਕੋ ਇੱਕ ਮਾਈਕ ਚੱਲੇ ਸਵਾਦ ਤਾਂ ਆਉਂਦਾ ਹੈ ਪਰ ਇੱਧਰਲੇ ਪਾਸੇ ਦੇਖੋ ਸਵਾਦ ਵਾਲਾ ਜੱਫਾ ਮੈਦਾਨ ਦੇ ਵਿੱਚ ਲੱਗਦਾ ਹੋਇਆ ਜਗਰਾਓਂ ਤਹਿਸੀਲ ਜ਼ਿਲ੍ਹੇ ਲੁਧਿਆਣੇ ਦਾ ਰਸੂਲਪੁਰ ਪਿੰਡ ਔਰ ਬੜਾ ਮਸ਼ਹੂਰ ਹੈ ਜਿੱਥੋਂ ਦੇ ਕਾਲੂ ਨੇ ਕੈਨੇਡਾ ਦੇ ਵਿੱਚ ਤਹਿਲਕਾ ਮਚਾਇਆ ਇੱਕ ਪਾਸੇ ਕੌਡੀ ਪਾਉਣ ਦੇ ਲਈ ਉਸੇ ਪਿੰਡ ਦਾ ਚਿੜੀ ਕਿ ਲੁਧਿਆਣਾ ਜ਼ਿਲ੍ਹਾ ਮੇਰਾ ਕੌਂ ਕਿਹਾ ਟਿਕਾਣਾ ਮੇਰਾ ਹੋਵੇਗੀ ਤੂੰ ਚੰਡੀਗੜ੍ਹ ਪੜਦੀ ਲੁਧਿਆਣੇ ਜ਼ਿਲ੍ਹੇ ਦੇ ਐ ਜਿਵੇਂ ਕਹਿੰਦੇ ਨੇ ਜਗਰਾਓਂ ਤਹਿਸੀਲ ਦੇ ਖਿਡਾਰੀ ਦੇ ਇੱਕ ਪਾਸੇ ਸ਼ੀਰਾ ਕਬਜਿਆਂ ਵਾਲਾ ਕਹਿੰਦੇ ਆ ਸਨਾਜਰ ਨੂੰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਵੱਡੇ ਕੱਦ ਜਾਫੀ ਹੈ ਜ਼ਿਲ੍ਹੇ ਮੁਕਤਸਰ ਦੇ ਥਾਂਦੇ ਵਾਲੇ ਪਿੰਡ ਦਾ ਔਰ ਜੱਫਾ ਲਾ ਕੇ ਤੁੰਨ ਕੇ ਰੱਖ ਦਿੱਤਾ ਅੰਕ ਜਿਹੜਾ ਜਾਫੀ ਦੇ ਖਾਤੇ ਮਾਈਕ ਤੇ ਖੋਸੇ ਕੋਟਲੇ ਵਾਲਾ ਅਮਰੀਕ ਇੱਧਰ ਦੇਖੋ ਸਾਹਮਣੇ ਕੌਣ ਕਬੱਡੀ ਪਾਵੇਗਾ ਅਗਲੀ ਖੇਡ ਦੇ ਮੈਦਾਨ ਦੇ ਵਿੱਚ ਵਿੱਕੀ ਜਾਂ ਹਰਜੀਤ ਸਿੰਘ ਬਣੇਗਾ ਉੱਧਰ ਹਰਜੀਤ ਮੋਠਾ ਵਾਲ ਪਿੰਡ ਦਾ ਹੈ ਜਿਹਨੇ ਠੰਡੇ ਠਾਰ ਪਾਣੀ ਦੀ ਘੁੱਟ ਭਰੀ ਹੈ ਇੱਕ ਜੀਵ ਦੋ ਬੁੱਲ ਤੇ 32 ਦੰਦ ਗਿੱਲੇ ਕੀਤੇ ਲਓ ਧਾਵੀ ਦਾ ਬੋਲਿਆ ਧਾਵਾ ਤੇ ਧਰਤੀ ਵੀ ਧੱਕ ਧੱਕ ਕਰਦੀ ਜਿੱਥੇ ਮੁੰਡਾ ਪੱਪ ਰੱਖਦਾ ਹੈ ਉਧਰ ਬੇਨਤੀ ਸਾਹਮਣੇ ਦੇਖੋ ਬੱਲੇ ਬੱਲੇ ਕਲੀ ਵਾਲਾ ਵੀਰ ਕਲੀ ਪਾ ਦੇਵੇ ਕੁਝ ਲੈਣਾ ਮੱਧਮ ਹੈ ਕਲੀ ਵਾਲਾ ਵੀਰ ਕਲੀ ਪਾ ਦੇਵੇ ਕੁਝ ਲੈਣਾ ਮੱਧਮ ਹੈ ਕਲੀ ਵਾਲਾ ਵੀਰ ਕਲੀ ਪਾ ਦੇਵੇ ਉਧਰਲੇ ਪਾਸੇ ਅਮਰੀਕ ਸਿਆ ਅਗਲੇ ਮੈਚਾਂ ਦੀ ਜਿਹੜੀ ਲਿਸਟ ਜ਼ਰੂਰ ਬੋਲਦੀ ਯਾਰ ਅਗਲੇ ਮੈਚਾਂ ਦੀ ਲਿਸਟ ਜ਼ਰੂਰ ਬੋਲਦੀ ਇੱਧਰਲੇ ਪਾਸੇ ਨਾਓ ਹੈਪੀ ਰਸੂਲਪੁਰ ਪਿੰਡ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਹੈ ਰੇਡਰ ਦੇ ਖਾਤੇ ਹੈ ਹੈਪੀ ਰਸੂਲਪੁਰੀਆ ਇੱਕ ਅੰਕ ਆਪਣੇ ਟੀਮ ਦੇ ਲਈ ਜੋੜਦਾ ਹੋਇਆ ਕਿਰਨਦੀਪ ਸਿੰਘ ਜੀ ਮਿੰਟੂ ਸਰਪੰਚ ਜਿੱਥੇ ਚੇਅਰਮੈਨ ਨੇ ਹਰਜੀਤ ਫਰੈਂਚ ਕਬੱਡੀ ਕਲੱਬ ਪੱਤੋ ਹੀਰਾ ਦੇ ਮੇਜਰ ਬਰਾੜ ਭਲੂਰ ਵਾਲਾ
ਉਹਦੇ ਨਾਲ ਜੁੰਡੀ ਦੀ ਯਾਰੀ ਹੈ, ਜਲੰਧਰ ਸਿੱਧੂ ਜੀ ਉਹਨਾਂ ਦੇ ਨਾਲ ਜੁੰਡੀ ਦੀ ਯਾਰੀ ਹੈ। ਔਰ ਅੱਜ ਮੈਂ ਦੇਖਾਂਗਾ ਯਾਰੀਆਂ ਪਗਾਉਣ ਦੇ ਲਈ ਮੱਖਣ ਡੀਪੀ ਜੀ ਪੁੱਜੇ ਨੇ, ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ ਪੁੱਜੇ ਨੇ। ਇੱਧਰਲੇ ਪਾਸੇ ਮੈਂ ਦੇਖਾਂਗਾ ਕਿ ਫਿਰੋਜ਼ਪੁਰ ਦੇ ਜਾਂ ਫਰੀਦਕੋਟ ਦੇ ਹੱਦ ਦੇ ਵਿੱਚ ਵਸਿਆ ਹੋਇਆ ਇਹਦਾ ਨਗਰ ਹੈ। ਗੁਰੂ ਹਰਤਾ ਤੋਂ 6.5 ਕਿਲੋਮੀਟਰ ਦੂਰ ਮੋਠਾਵਾਲੀ, ਮੋਠਾਵਾਲੀ ਦਾ ਹਰਜੀਤ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਹੈਲੋ ਹਾਂਜੀ, ਉੱਧਰਲੇ ਪਾਸੇ ਖੁੱਲੀਆਂ ਕਬੱਡੀਆਂ ਨੇ ਵੀਰ, ਇਹ ਇੱਕ ਮਾੜੀ ਅਨਾਊਂਸ ਕਰ ਦਿਓ ਵੀ ਕਬੱਡੀਆਂ ਜਿਹੜੀਆਂ 1 ਰੇਡਰ ਜਿੰਨੀਆਂ ਮਰਜ਼ੀ ਪਾ ਲਵੇ ਖੁੱਲੀਆਂ ਵੀਰ। ਉੱਧਰ ਸਾਡੇ ਸਤਿਕਾਰ ਦੇ ਯੋਗ ਆਪਣੇ ਸਮੇਂ ਦੇ ਮਹਾਨ ਖਿਡਾਰੀ ਮੱਖਣ ਡੀਪੀ ਟ੍ਰਿਕ ਦਾ ਬੀਲੇ ਦੇ ਕਬੱਡੀ ਕੱਪ ਦੇ ਮਾਣ ਸਨਮਾਨ ਉਹਨਾਂ ਦਾ ਮਾਣ ਕੀਤਾ ਜਾ ਰਿਹਾ। ਸਰ ਜੀ ਮਿੱਤਰਾਂ ਦੀ ਨੂਨ ਦੀ ਡਲੀ ਤੁਸੀਂ ਮਿਸ਼ਰੀ ਬਰੋਬਰ ਸਮਝਿਓ, ਮਿੱਤਰਾਂ ਦੀ ਨੂਨ ਦੀ ਡਲੀ ਮਿਸ਼ਰੀ ਬਰੋਬਰ ਸਮਝਿਓ। ਕਿਆ ਬਾਤਾਂ ਨੇ, ਵਾਕਈ ਸਵਾਦ ਵਾਲੀ ਗੱਲ ਹੈ, ਸਵਾਦ ਵਾਲੀ ਗੱਲ ਹੈ। ਡਾਕਟਰ ਹਰਜੋਤ ਕਮਲ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਾਡੇ ਦਰਮਿਆਨ, ਉਹਨਾਂ ਦੇ ਨਾਲ ਸ਼ੀਰਾ ਲਿੱਤਰ, ਨਾਲ ਚਰਨਜੀਤ ਹੋਰੀ, ਮਾਨਯੋਗ ਸਰਦਾਰ ਕੇਰ ਸਿੰਘ ਜੀ ਕੈਨੇਡੀਅਨ। ਸੋ ਉਧਰ ਕਹਿੰਦੇ ਮਾਨ ਸਨਮਾਨ ਵੀ ਜ਼ਰੂਰੀ ਹੈ, ਇੱਧਰ ਦੇਖੋ ਬਿੱਕੀ 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 ਲਓ ਸਵਾਦ ਮੇਰੇ ਮਿੱਤਰੋ। ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ। ਉਧਰ ਦੇਖੋ ਸਾਹਮਣੇ ਸ਼ੇਰੇ ਵਰਗੇ ਸਟਾਰ ਹੈ ਕਬੱਡੀ ਦੇ, ਮੈਚ ਸਮਾਪਤ ਹੈ। ਵਾਹ ਕਬੱਡੀ 30-30 ਸੈਕਿੰਡ ਕਬੱਡੀ ਦਾ ਫੇਸਬੁੱਕ ਦਾ ਪੇਜ ਹੈ ਉਹਦਾ, ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਜਿਵੇਂ ਹਾਈਫਾਈ ਪੇਜ ਵਾਲੇ, ਵਾਈਫਾਈ ਪੇਜ ਵਾਲੇ ਢਿੱਲੋ ਹਰੀ। ਔਰ ਮਿੱਠੇ ਵਾਲ ਤੇ ਭੋਤਨੇ ਦਾ ਮੈਚ ਆ ਭਾਜੀ, ਉਹ ਵੀ ਟੀਮਾਂ ਗਰਾਊਂਡ 'ਚ ਆ ਜਾਣ। ਸਾਰ ਤੇ ਸਿਰਾ ਹੋ ਗਿਆ ਬੀਲੇ ਦੇ ਵਿੱਚ ਰਾਊਂਡ, ਕਹਿੰਦੇ ਟੀਮਾਂ ਘੱਟ ਕਿਵੇਂ, ਇਹ ਗੱਲ ਹੋ ਨਹੀਂ ਸਕਦੀ। ਲੈ ਵੀ ਕੁਰਣ ਵਾਲਿਆ ਹੈ, ਧੰਨਵਾਦ ਤੇਰਾ ਵੀ ਹੈ, ਕਹਿੰਦੇ ਪਲਟੀਨੇ ਵਾਲਾ ਪੁੱਜਾ ਸਾਡਾ ਯਾਰ। ਲਓ ਮੈਚ ਸ਼ੁਰੂ ਹੈ ਗਰਾਊਂਡ ਦੇ ਵਿੱਚ, ਦਿੜਬੇ ਦੀ ਟੀਮ ਹੱਥ ਖੜਾ ਕਰ ਦੇਵੇ, ਦਿੜਬੇ ਦੀ ਟੀਮ ਕਿਹੜੇ ਪਾਸੇ ਆ। 500 ਰੁਪਈਆ ਜਗਦੀਪ ਸਿੰਘ ਜੀ ਬਰਾੜ, ਹਰਦੀਪ ਸਿੰਘ ਜੀ ਬਰਾੜ ਕੋਟੇ ਬਹਾਦਰਗੜ੍ਹ ਵਾਲੇ। ਸੋ ਮੇਰੇ ਲਈ ਬੋਲਾਂ ਤੋਂ ਕੁਛ ਹੋ ਕੇ ਭੇਜਦੇ ਨੇ, ਮੈਂ ਧੰਨਵਾਦ ਕਰਾਂਗਾ। ਸੋ ਸਤਿਕਾਰ ਦੇ ਯੋਗ ਹਰਦੀਪ ਸਿੰਘ ਜੀ ਬਰਾੜ ਕੋਟੇ ਬਹਾਦਰਗੜ੍ਹ, ਨਾਲ ਜਗਦੀਪ ਸਿੰਘ ਜੀ ਬਰਾੜ, ਉਹਨਾਂ ਦੇ ਵੱਲੋਂ 500 ਰੁਪਈਆ ਮੇਰੇ ਲਈ, ਗਗਨ ਰਾਮਗੜ੍ਹ ਸਿਵੀਆ ਉਹਨਾਂ ਦੇ ਵੱਲੋਂ, ਕਾਲਾ ਮਰੇਲਕੋਟਲਾ ਉਹਨਾਂ ਦੇ ਵੱਲੋਂ, ਬਹੁਤ ਸਾਰਾ ਮਾਣ ਸਨਮਾਨ ਬੋਲਾਂ ਤੋਂ ਕੁਛ ਹੋ ਕੇ ਮੇਰੇ ਲਈ। ਸੰਦੀਪ ਝੱਲੀ ਕੁਰਣ ਵਾਲਾ, ਉਸ ਤੋਂ ਪਹਿਲਾਂ ਕਹਿੰਦੇ ਨੇ ਪੈਂਦੀ ਹੋਈ ਕਬੱਡੀ ਲੋ ਉੱਤੇ ਲੀਕ ਬਈ, ਖੇਡਦੇ ਕਬੱਡੀ ਪਾਉਂਦੇ ਕੌਡੀ ਨਾ ਪ੍ਰੀਤ ਬਈ, ਖੇਡ ਕੇ ਕਬੱਡੀ ਜਿਹੜੇ ਮੇਲੇ ਲੁੱਟਦੇ, ਆਸਾ ਬੁੱਟਰਾ ਤਾਈਓ ਮੈਦਾਨ ਵਿੱਚ ਅੱਜ ਸ਼ੀਰੀਆਂ ਮਾਵਾਂ ਦੇ ਬਲੀ ਪੁੱਤ ਬੁੱਕਦੇ, ਸ਼ੀਰੀਆਂ ਮਾਵਾਂ ਦੇ ਬਲੀ ਪੁੱਤ ਬੁੱਕਦੇ। ਅੱਜ ਪੀਲੇ ਦੀ ਧਰਤੀ ਦੇ ਵਾਕਈ ਸਿਰੇ ਦੀਆਂ ਟੀਮਾਂ ਪੁੱਜੀਆਂ ਹੈ। ਉੱਧਰ ਬੱਲਾਂ ਵਾਲਾ ਦੀਪਾ ਪੁੱਛਦਾ ਵੀ ਮੈਚ ਕਿਹਦੇ ਨਾਲ ਹੈ, ਲੈ ਵੀ ਦੀਪਿਆ ਘਾਗੇ ਦੀ ਟੀਮ ਦਾ ਮੈਚ ਹੈ, ਆਪਣੇ ਆਪ ਨੂੰ ਤਿਆਰ ਕਰ ਲੈ। ਲਓ ਸਾਹਮਣੇ ਗੁਰਪ੍ਰੀਤ ਵਰਗੇ ਕਬੱਡੀ ਦੇ ਕਹਿੰਦੇ ਸਟਾਰ ਹੈ, ਕਾਲੇ ਵਰਗੇ, ਇੱਕ ਪਾਸੇ ਕਹਿੰਦੇ ਜਲਾਲ ਦੀ ਟੀਮ ਹੈ, ਪਰ ਆਹ ਦੇਖੋ ਬਠਿੰਡੇ ਵਾਲ ਵੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ। ਉੱਧਰ ਕਰਦਾ ਟਰਾਈ ਮੁੰਡਾ ਦਿੜਬੇ ਵਾਲਾ, ਦਿੜਬੇ ਵਾਲਾ, ਦਿੜਬੇ ਵਾਲਾ, ਲਓ ਪੱਲੇ 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 ਤੇ ਪੁਆਇੰਟ, ਜਾਫੀਆਂ ਦੇ ਹਿੱਸੇ ਪੁਆਇੰਟ ਜਿਹੜਾ ਇਸ ਵੇਲੇ ਦਿੜਬੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਦਿੜਬੇ ਦੀਆਂ 2 ਟੀਮਾਂ ਖੇਡਦੀਆਂ ਹੈ, ਕਿਤੇ ਰਣੀਏ ਵਰਗੇ ਸੱਤੀ ਵਰਗੇ ਖੇਡਦੇ ਆ, ਵੱਡਾ ਨਾਮ ਹੈ ਜਿਵੇਂ ਕੱਲ ਦਿੜਬੇ ਦੀ ਟੀਮ ਨੇ ਕੋਟਲੇ ਦੇ ਕਬੱਡੀ ਕੱਪ ਤੇ ਬੱਲੇ ਬੱਲੇ ਕਰਵਾਈ ਹੈ। ਇੱਧਰ ਕਹਿੰਦੇ ਭੋਲੇ ਵਰਗਿਆਂ ਦੀ ਟੀਮ ਹੈ ਜਿਹੜੀ, ਜਲਾਲ ਦੀ ਟੀਮ ਹੈ, ਇਹ ਕਹਿੰਦੇ ਭੋਲੇ ਵਰਗਿਆਂ ਦੀ ਟੀਮ ਹੈ, ਕਬੱਡੀ ਦੇ ਸਟਾਰ ਪਲੇਅਰ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ। ਉੱਧਰ ਕਹਿੰਦੇ ਜਲਾਲ ਪਿੰਡ ਹੈ, ਜ਼ਿਲ੍ਹਾ ਬਠਿੰਡਾ ਹੈ, ਮੁੰਡਾ ਬਠਿੰਡੇ ਦਾ ਬਠਿੰਡ ਵੀ, ਤੇ ਮੈਨੂੰ ਕਹਿੰਦਾ ਹਾਏ ਡਿਸਕੋ ਕਬੱਡੀ। ਉੱਧਰ ਚਾਰ ਜਾਫੀ, ਮੈਂ ਵੀ ਆਸਾ ਵੋਟਰ ਵਾਲਿਆ, ਸਵਾਦ ਕਬੱਡੀ ਦਾ ਹੈ ਬੀਲੇ ਦੀ ਧਰਤੀ ਤੇ। ਮੈਂ ਪਾਖਾ ਪਾਤ ਕੋਈ ਆ ਮੁੰਡੇ ਦੀ ਮਾਈਕ ਦੇ ਉੱਪਰੋਂ। ਵਾਕਈ ਕਹਿੰਦੇ ਨੇ ਗੱਜ ਚੌੜੀ ਛਾਤੀ ਭਿੰਦਰ, ਨਵੇਂ ਪਿੰਡੀਆਂ ਵਰਗੀ ਨੌਜਵਾਨ ਦੀ ਕੌਡੀ ਦੇ ਮੈਦਾਨ ਦੇ ਵਿੱਚ ਬੱਬਰ ਸ਼ੇਰ ਦਾ ਹਾੜਦਾ ਹੋਇਆ, ਕੌਡੀ ਦੇ ਮੈਦਾਨ ਦੇ ਵਿੱਚ ਬੱਬਰ ਸ਼ੇਰ ਦਾ ਹਾੜਦਾ ਹੋਇਆ। ਪਰ ਪ੍ਰਬੰਧਕ ਦੇ ਦਰਸ਼ਕ ਬੜੇ ਗੁੱਸੇ ਹੋਣਗੇ ਕਿਉਂਕਿ ਪਤਾ ਨਹੀਂ ਲੱਗਦਾ ਕਿਹੜੀ ਟੀਮ ਕਿਹੜੇ ਪਾਸੇ ਹੈ। ਦੋਸਤੋ ਜਲਾਲ ਦੀ ਟੀਮ ਹੈ ਜਿਹੜੀ ਪਿੰਡ ਵਾਲੇ ਪਾਸੇ ਤੇ ਆ, ਜਲਾਲ ਦਾ ਜਾਫੀ ਹੈ ਜਿਹਨੇ ਜੱਫਾ ਲਾ ਦਿੱਤਾ, ਲਾਇਆ ਵੀ ਦਿੜਬੇ ਵਾਲੇ ਨੂੰ, ਆਹ ਦੇਖ ਲਿਆ। ਪਰ ਕੋਸ਼ਿਸ਼ ਹੁੰਦੀ ਹੋਈ, ਕੋਸ਼ਿਸ਼ ਨੂੰ ਸਦਰਾਂ ਦੇ ਬੂਰ ਨੂੰ ਜਿਵੇਂ ਕਹਿੰਦੇ ਨੇ ਫਲ ਲੱਗਣਗੇ ਜੇ ਸਮਾਂ ਦੱਸੇਗਾ। ਇੱਕ ਪਾਸੇ ਜਲਾਲ ਵਾਲਾ ਤੁੰਡ ਕੇ ਰੱਖ ਦਿੱਤਾ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਕਿ ਤੇਰੇ ਟਿੱਲੇ ਤੋਂ ਇਹ ਸੂਰਤ ਦੀਦੀ ਆ ਹੀਰ ਦੀ, ਆਲਾ ਦੇਖ ਗੋਰਖਾ ਉੱਡਦੀ ਆ ਫੁਲਕਾਰੀ, ਉੱਡਦੀ ਆ ਫੁਲਕਾਰੀ। ਅਗਲੀ ਕਬੱਡੀ ਜਲਾਲ ਦੇ ਵੱਲੋਂ ਮੈਦਾਨ ਦੇ ਵਿੱਚ ਪੈਂਦੀ ਹੋਈ। ਅੱਜ 3 ਵੈਬਸਾਈਟਾਂ
ਸੋ ਕਬੱਡੀ 365.com, ਕਬੱਡੀ fever.com, ਮਾਲਵਾ tv.com ਔਰ ਪ੍ਰਿੰਟਡ ਮੀਡੀਆ ਵਾਈਫਾਈ ਪੇਜ ਵਾਲੇ ਹਾਈਫਾਈ ਪੇਜ ਵਾਲੇ ਕਬੱਡੀ ਜੰਕਸ਼ਨ ਪੇਜ ਵਾਲੇ ਪੁੱਜੇ ਹੋਏ ਨੇ। ਧੰਨਵਾਦ ਜਲਾਲ ਵਾਲਾ ਮੁੰਡਾ ਕਹਿੰਦੇ ਲਾ ਲਸੜ ਦਾ ਜਿੱਥੋਂ ਦੇ ਅਮਨੇ ਵਰਗੇ ਦੀਆਂ ਯਾਦਾਂ ਕਹਿੰਦੇ ਖੇਡਾਂ ਦੇ ਵਿੱਚ। ਅਮਰੀਕ ਜੀ ਮਾਣ ਤੇ ਸਤਿਕਾਰ ਦੇ ਯੋਗ ਸਾਡੇ ਖੇਡ ਕਬੱਡੀ ਦੇ ਭੀਸ਼ਮ ਪਤਾਮਾ ਕਹਿ ਲਈਏ, ਖੇਡ ਕਬੱਡੀ ਦੇ ਜਾਬਾਜ ਕੋਚ ਕਹਿ ਲਈਏ, ਖੇਡ ਕਬੱਡੀ ਨੂੰ ਵੱਡਾ ਪਿਆਰ ਦਿੱਤਾ ਜਿਨ੍ਹਾਂ ਨੇ ਕਹਿ ਲਈਏ ਜਸਵਿੰਦਰ ਆਸਾ ਬੁੱਟਰ ਨੂੰ ਵੀ ਜਿਹੜਾ ਪਿਆਰ ਕਰਦੇ ਨੇ, ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ, ਕਬੱਡੀ ਜਗਤ ਦੇ ਭੀਸ਼ਮ ਪਤਾਮਾ, ਅੱਜ ਉਹਨਾਂ ਦਾ ਮਾਣ ਸਨਮਾਨ ਹੋ ਰਿਹਾ, ਕਬੱਡੀ ਜਗਤ ਦੇ ਦਰੋੜਾਚਾਰੀ ਆ ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ, ਉਹਨਾਂ ਦਾ ਜਿਹੜਾ ਮਾਣ ਸਨਮਾਨ ਬੀਲੇ ਦੇ ਇਸ ਕਬੱਡੀ ਕੱਪ ਦੇ ਉੱਤੇ ਹੋ ਰਿਹਾ। ਹੈਰੀ ਨੰਗਲ ਕੈਨੇਡਾ ਵਾਲੇ ਸਾਡੇ ਵੀਰ ਹੈਰੀ ਨੰਗਲ ਜੀ, ਸੋ ਹੈਰੀ ਦੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਲਏ ਨੇ, ਭਾਵੇਂ ਵਿਲਾਇਤ ਦੇ ਵਿੱਚ ਕੈਨੇਡਾ ਦੇ ਵਿੱਚ ਬੈਠੇ ਨੇ ਹੈਰੀ, ਪਰ ਉਹਦੇ ਮਿੱਤਰ ਨੇ ਉਹਦੀ ਭਰਵੀਂ ਹਾਜ਼ਰੀ ਲਵਾ ਦਿੱਤੀ। ਧੰਨਵਾਦ ਹੈ। ਉਧਰ ਬੇੜਾ ਦੇ ਗਹਿਲਾ ਵਾਲੀ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਵਿੱਚ ਲੈ ਆਉਣਗੀਆਂ। ਗਹਿਲਾ ਵਾਲਾ ਠੀਕਰੀ ਵਾਲੇ ਦਾ ਡਰਾਈਵਰ ਗੱਡੀ ਕੋਲੇ ਪਹੁੰਚ ਜੇ। ਨੰਬਰਦਾਰ ਜਗਜੀਤ ਸਿੰਘ, ਵਰਜੀਤ ਸਿੰਘ ਜੀ ਪ੍ਰਧਾਨ, ਉਹ ਵੀ ਬਿਲਕੁਲ ਗਰਾਊਂਡ ਦੇ ਸਾਹਮਣੇ ਪੁੱਜ ਜਾਣ। ਜਗਜੀਤ ਸਿੰਘ ਜੀ ਪ੍ਰਧਾਨ, ਵਜੀਤ ਸਿੰਘ ਜੀ ਖਜ਼ਾਨਚੀ, ਉਹ ਵੀ ਜਿਹੜੇ ਬਿਲਕੁਲ ਸਟੇਜ ਦੇ ਸਾਹਮਣੇ ਪੁੱਜ ਜਾਣ, ਮਾਣ ਸਨਮਾਨ ਲੈਣ। ਹਰਮੀਤ ਰੰਧਾਵਾ ਵੇਟ ਵਾਲੇ ਕਮਰੇ ਦੇ ਕੋਲੋਂ ਚੱਲ ਜਾਵੇ। ਸੋ ਬਹੁਤ ਸਾਰਾ ਮਾਣ ਸਨਮਾਨ ਗੁਰਵਿੰਦਰ ਦੌਲਤਪੁਰਾ ਨਾਲ, ਪੱਲਾ ਮੋਗਾ ਧੀਰਾ ਡਾਕਟਰ ਹਰਜੋਤ ਕਮਲ ਦੇ ਨਾਲ ਪੁੱਜੇ ਨੇ, ਜੋ ਹਰਪ੍ਰੀਤ ਸ਼ੀਰਾ ਲੰਡੇ ਕੇ ਬਾਲ ਕ੍ਰਿਸ਼ਨ ਪੱਲਾ ਜੀ, ਕਾਂਗਲਾ ਫਾਜ਼ਿਲਕਾ ਤੇ ਬਾਲਣਾ ਦਾ ਅਗਲਾ ਮੁਕਾਬਲਾ, ਬੇਨੜਾ ਤੇ ਡਾਲਾ, ਇਹਨਾਂ ਦੇ ਜਿਹੜੇ ਮੁਕਾਬਲੇ ਨੇ, ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ। ਮਿੱਠੇ ਵਾਲਾ ਤੇ ਭੋਤਨਾ, ਖਾਈ ਤੇ ਚੱਕਰ, ਬਾਈ ਵਾਹ। ਇੱਕ ਖੁਸ਼ਖਬਰੀ ਹੈ ਜੀ, ਜਿਹੜੇ ਸਵਾਰੀ ਜਿਵੇਂ ਕਹਿੰਦੇ ਨੇ ਟਰੈਵਲਿੰਗ ਕਰਦੀ ਹੈ, ਜਿਹੜੀਆਂ ਜਗਰਾਓਂ ਤੋਂ ਬਰਨਾਲੇ ਨੂੰ ਬੱਸਾਂ ਚੱਲਦੀਆਂ ਸਨ, ਉਹਨਾਂ ਦੇ ਵਿੱਚੋਂ ਰੋਡਵੇਜ ਦੀ ਬੱਸ ਵਾਇਆ ਬੀਲਾ ਹੋ ਕੇ ਜਾਇਆ ਕਰੇਗੀ। ਤਾੜੀਆਂ ਮਾਰ ਦਿਓ ਬਾਈ। ਸੋ ਸਾਰੀਆਂ ਬੱਸਾਂ ਜਿਹੜੀਆਂ ਬੀਲਾ ਹੋ ਕੇ ਜਾਇਆ ਕਰਨਗੀਆਂ, ਤਾੜੀਆਂ ਮਾਰ ਦਿਓ ਜੀ। ਬਿੰਦਰਜੀਤ ਸਿੰਘ ਜੀ ਗੋਲਡੀ ਦੇ ਨਾਂ ਦੀ ਚੇਅਰਮੈਨ ਨੇ PRTC ਪੰਜਾਬ ਦੇ, ਧੰਨਵਾਦ ਕਰਦੇ ਹਾਂ ਇਹਨਾਂ ਦਾ ਇੱਥੇ ਪੁੱਜਣ 'ਤੇ। ਮੈਚ ਜਿਹੜਾ ਚਾਲੂ ਰੱਖਿਓ ਭਾਈ ਜੀ, ਮੈਚ ਚਾਲੂ ਰੱਖਿਓ। ਉਧਰਲੇ ਪਾਸੇ ਕਬੱਡੀ ਦੀ ਗੱਲ, ਔਰ
हैलो वाहिगुरु वाहिगुरु जी का खालसा वाहिगुरु जी की फतेह कि वेले बह के नहीं हो कदे वक्त गुजारिया कई कई साल मथा लोहे नाल मारिया रखिया दिमाग में नडिया ना गड्डिया ता जाके खाड़िया च पैंदियां कबड्डियां एक पासे हरदेव फकर झंडा पिंड है कनेडा भी खेडे दुबई ने सार जा कबड्डी कप से 2012 बल्ले बल्ले करवाई है जिस जाफी ने लो दूजे पासे मेरे वीडियो टंडोली वाला करता हुआ कोशिश नाल दूजे राउंड दियां टाइयां जिहड़ियां ग्राउंड पै रही हैं वो सारे वीर जिहड़े नोट कर लेंगे दूजे राउंड दियां टाइयां जिहड़ियां ग्राउंड पै रही हैं किरणजीत सिंह मिंटू बीले उड़ा रिंकू बीले उड़ा सारे वीर सारे एन आर आई वीर समुचे नगर में इस इलाके अज इस कबड्डी कप की बहुत वड्डी मुबारकबाद है एक एक कबड्डी कहते खेड मैदान के मेरे वीर लख लख की पैनी है कि कोई मुल नहीं पैंदा यार कारतूस चले दा लख लख की कौडी जफा कले कले दा इधर कहते भी काला टंडोली भी धरती का कबड्डी पा रहा है उधर देखो काले का वीर पा कबड्डी पॉइंट का वाधा कर गया अपनी टीम के लिए मेरी बेनती है बलनो ते नाल धागा दोने टीम अपने आप तैयार कर लैन बलनो ते धागे दी टीमों के दरमियान मैच खेडिया जाना है उधर कहते संदीप कोरण वाला साडा वीर कबड्डी का महान बुलारा कलम का धनी है उस वीर का भी धन्यवाद है लो सामने ढंडोली वाले भी की हुई ट्राई इधर खेड मैदान के सज्जे खब्बे उत्ते थले देखो लगता योर मेरे मित्रों ते पॉइंट कहते रेडर के हिस्से है बहुत तगड़ा पॉइंट इस वेले धावी के हिस्से जुड़ता हुआ वैरी कोरण वाले पाखा बात कोई आ गभरू की माइक के उपरों बाल सोने अमरीक खोसे कोटले वाला सारे ही संधु ब्रदर वो भी साडे वीर पुजे हुए है जसविंदर उरी पुजे हुए है बिंदरजीत सिंह जी गोल्डी स्नान तो बाद ही सत्कार योग शख्सियत ने उन्होंने जेड़ा विशेष तौर पर मान सम्मान हरदीप सिंह जी फूल कनेडा तो उन्होंने भी जेड़ा विशेष तौर पर मान सम्मान हो रहा है उन्होंने भी इस कबड्डी कप के लिए बहुत बड़ा सहयोग है सारे एन आर आई वीर बहुत बड़े सहयोग ने कि टीम जीती है अमरीक किरण अनाउंस कर दी वीरे टंडोली साडा वीर दसा जी टंडोली की टीम जेतू रही है ना एतराज है जी कहने हले थोड़ा रोक शिकवे आ दोनों टीमों एक दूजे पे बाद फैसले जोड़े हो जाएंगे उधर 15-16 तरीक रौनक है कहते थरीके पिंड लगन गई है 51 पराई है नाल मोटरसाइकिल दिते जाएंगे घागा पिंड है मुंडिया का पर कहते दीपे का बालनो पिंड है लो दीपे की पाई कबड्डी से चार जाफी लो पहली कबड्डी से बड़ेंग वाल पै गया कि वाली तकदीरे बीजिया भिंडिया से उगे खीरे खीरे वाकई कहते घागा पिंड है सरदार चन्नण सिंह जी घागे वाले के पोतरे ने जफा ला दिता घागा कला पिंड है मुक्तसर तो जलालाबाद रोड के उत्ते पहला पिंड जिले फाजिलके का माइक ते संदीप कुरण बस सुने बिंदु ला बिंदु की पई हुई कबड्डी कांगे वाले बिंदु की पई हुई कबड्डी ते बालना वाला जाफी मेरे वीर इस वेले बहुत ही शानदार कोशिश करता हुए है लो बहुत ही शानदार चलता हुआ मैच ते पॉइंट जिहड़ा बिंदु दे हिस्से दे विच जुड़दा हुआ है सरदार अमरजीत सिंह जी नैणेवाल तो वह कृपा करके अपना सन्मान चिन्ह प्राप्त करे सरदार अमरजीत सिंह जी नैणेवाल तो उन्होंने बेनती भी अपना सन्मान चिन्ह प्राप्त करे बहुत ही प्यारी शख्सियत है सरदार अमरजीत सिंह जी नैणेवाल उन्होंने बड़े पद्धर से सन्मान इधर किया जा रहा है लाओ सामने कहते सोनू कबड्डी पा रहा मेरे मित्रों सुने सोनी घागे वाला मेरे वीर इस वे एक शानदार जफे की कोशिश करता है चल भी पमे पा कबड्डी नौजवान कि चक्की दे पुड़ वर्गी छाती जिगरे गार्डन ने जूझ जूझ के हंधे हंधे टच करते बार्डर ने कहते महल कलां वाले हरमन भी इस बारी मेरे पंजाबी वीरियो रूमी ने कबड्डी कप से सोहन सिंह जी ते मोहन सिंह जी ने मेरे वीरियो गड्डी दे नाल मान सम्मान देने है लो इधरले पासे बलनो दी धरती दा खेड मैदान दे विच लाउंदा होया जफा अमरीक सिंह जी साडे सत्कारयोग भी सन्मान चिन्ह प्राप्त करनगे अमरीक सिंह जी अमरीक सिंह जी साढ़े नाल टीम अमरीक भीरे रखा कर रही लाओ खेड मैदान के दीपा बालना की धरती का मेरे वीरियो पाँदा हो कबड्डी कबड्डी 365.com के जरिए पूरी दुनिया आनंद माण रही है दीपे की पई हुई कबड्डी कहते 125 साल
उम्र रही है बाबा बुढ़ा जी की 113 साल मेरे वीरों सिखी जिहड़ी कमाई है उन्होंने शख्सियतां दे नां दे नाल जुड़िया होया खेड मेला है जिन्होंने गुरबाणी का आनंद भी माणे है जिन्होंने युद्धां दे युग भी वेखे है बाबा बुढ़ा जी स्पोर्ट्स क्लब मेरे वीरियो सारी संगत नूं जिया नूं आ करी है लो खेड मैदान दे विच पम्मे दी पई हुई कबड्डी एक एक कबड्डी कहिंदे लख लख दी खेड मैदान दे विच पै रही है जिहड़े वीर चलदे होए मैच दा आनंद माण रहे है उन्हां दा भी बहुत वड्डा धन्नवाद है लो खेड मैदान दे विच इस वेले बालना वाला कोशिश करदा है पॉइंट जिहड़ा धावी दे हिस्से दे विच जुड़दा होए है उधर सोनू कबड्डी पा रहे इस वेले खेड दे मैदान दे विच आपां देखदे आए ਵੀ ਸੋਨੂੰ ਦੀ ਪਾਈ ਕਬੱਡੀ ਦੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਰੂ ਟਰਾਈ ਇੱਕ ਪਾਸੇ ਕਹਿੰਦੇ ਫਾਜ਼ਿਲਕਾ ਦੇ ਘਾਗੇ ਪਿੰਡ ਦੀ ਟੀਮ ਹੈ ਬਾਕੀ ਕਹਿੰਦੇ ਸਿਰੇ ਦੇ ਜਿਹੜੇ ਮੈਚ ਖੇਡੇ ਜਾ ਰਹੇ ਗਰਾਊਂਡ ਦੇ ਵਿੱਚ ਉੱਧਰ ਡਾਕਟਰ ਹਰਜੋਤ ਕਮਲ ਹੋਣੀ ਬੜੀ ਪਿਆਰੀ ਸ਼ਖਸੀਅਤ ਵਿਸ਼ੇਸ਼ ਤੌਰ ਤੇ ਪੁੱਜੀ ਹੈ ਉੱਧਰ ਕਹਿੰਦੇ ਮਾਸਟਰ ਭਦੌੜ ਉਹਨਾਂ ਦੀ ਸਾਊਂਡ ਜਿਹੜੀ ਕਹਿੰਦੇ ਬਰਨਾਲੇ ਦੀਆਂ ਗਲੀਆਂ 'ਚ ਵੱਜ ਵੱਜ ਮੁੜਦੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਇੱਧਰ ਕਹਿੰਦੇ ਭਲਵਾਨ ਦੀ ਕਬੱਡੀ ਹੈ ਚਾਰ ਜਾਫੀ ਇੱਕ ਪਾਸੇ ਕਹਿੰਦੇ ਮਨਜਿੰਦਰ ਸਿੰਘ ਉੱਡਣਾ ਕਾਲੇ ਸੰਘਿਆ ਵਾਲਾ ਹੈ ਚੌਦੇ ਵਿੱਚੋਂ ਦੇਖੋ ਪੱਲੇ 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 ਲਓ ਸਾਹਮਣੇ ਸਵਾਦ ਕਬੱਡੀ ਦਾ ਅਤੇ ਕਹਿੰਦੇ ਭਲਵਾਨ ਭੱਜਾ ਆਉਂਦਾ ਹੈ ਕਬੱਡੀ ਦੀਪੇ ਦੀ ਖੇਡ ਮੈਦਾਨ ਦੇ ਵਿੱਚ ਦੀਪਾ ਦੇ ਮੰਨਾ ਕਹਿੰਦੇ ਦੋ ਭਰਾ ਕੌਡੀ ਖੇਡਦੇ ਆ ਲੈ ਵੀ ਸੰਦੀਪ ਪਾਖਾ ਬਾਤ ਕੋਈ ਆ ਗੱਭਰੂ ਦੀ ਬਾਹ ਸੋਹਣੇ ਲਓ ਖੇਡ ਮੈਦਾਨ ਦੇ ਵਿੱਚ ਬਾਲਣ ਵਾਲਾ ਦੀਪਾ ਮੇਰੇ ਵੀਰੋ ਹੋਏ ਕਬੱਡੀ ਕਿ ਹੁਣ ਸੁਖਰਾਜ ਨੇ ਤੇਰਾ ਹਰ ਇੱਕ ਸ਼ੌਕ ਪਕਾ ਦੇਣਾ ਕਿ ਨਵੀਂ ਕੋਠੀ ਵਿੱਚ ਏਸੀ ਤੈਨੂੰ ਫਿੱਟ ਕਰਵਾ ਦੇਣਾ ਕਿ ਸੁਖੀ ਰਹਿਣ ਲਈ ਥੋੜਾ ਬਹੁਤਾ ਸਹਾਵਨਾ ਕੱਲੀ ਦਾ ਕਿ ਨਾ ਡਗਿਆਰਾ ਖਰਚਾ ਜਿੰਨਾ ਖਰਚਾ ਨਹੀਂ ਤੇਰਾ ਖਰਚਾ ਕੱਲੀ ਦਾ ਨਾ ਡਗਿਆਰਾ ਜਿੰਨਾ ਨਹੀਂ ਤੇਰਾ ਖਰਚਾ ਕੱਲੀ ਦਾ ਦੋ ਨਾ ਡਗਿਆਰਾ ਵੈਸੇ ਟਰੈਕਟਰਾਂ ਦਾ ਟ੍ਰੈਂਡ ਹੁਣ ਥੋੜ੍ਹਾ ਜਿਹਾ ਖਤਮ ਹੋ ਗਿਆ ਸੀ ਪਰ ਕਬੱਡੀ ਦੀ ਬਦੌਲਤ ਹੁਣ ਮੇਰੇ ਵੀਰੋ ਇੱਕ ਵਾਰੀ ਫਿਰ ਕਬੱਡੀ ਦੀ ਦੁਨੀਆਂ ਦੇ ਵਿੱਚ ਛਾਏ ਹੈ ਕਹਿੰਦੇ ਬੈਸਟ ਵੇਟਰ ਤੇ ਜਾਫੀ ਨੂੰ 9-11 ਦੇਣੇ ਹੈ ਲੋ ਖੇਡ ਮੈਦਾਨ ਦੇ ਵਿੱਚ ਇੱਧਰਲੇ ਪਾਸੇ ਮੇਰੇ ਵੀਰਿਓ ਬਾਲਨੋ ਦੀ ਧਰਤੀ ਦਾ ਨਾਉਯੋਨ ਇਸ ਵੇਲੇ ਇੱਕ ਸ਼ਾਨਦਾਰ ਜਫਾ ਜੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਸਮੁੱਚੇ ਨਗਰ ਨੂੰ ਤੇ ਇਸ ਇਲਾਕੇ ਨੂੰ ਵੀ ਬਹੁਤ ਵੱਡੀ ਮੁਬਾਰਕਬਾਦ ਹੈ ਲੋ ਇੱਕ ਸ਼ਾਨਦਾਰ ਜਫਾ ਬਾਲਨੋ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਚੱਲ ਵੀ ਸੁਣਿਆ ਪਾ ਕਬੱਡੀ ਨਾਉਯੋਨ ਅਮਰੀਕਾ ਅਗਲੀਆਂ ਟੀਮਾਂ ਪਲੀਜ਼ ਅਨਾਊਂਸ ਕਰ ਦੀ ਬੇਨਤੀ ਹੈ ਕਿਰਪਾ ਕਰਕੇ ਬੇਲੜਾ ਦੇ ਡਾਲਾ ਦੋਨੇ ਟੀਮਾਂ ਆਪਣੇ ਆਪ ਨੂੰ ਤਿਆਰ ਕਰਨਗੀ ਅਗਲੇ ਮੈਚਾਂ ਦੇ ਲਈ ਬੇਲੜਾ ਦੇ ਡਾਲਾ ਦੋਨੇ ਟੀਮਾਂ ਦਾ ਮਾਣ ਸਰਵਾ ਲਓ ਸਾਹਮਣੇ ਦੇਖੋ ਇੱਧਰ ਪਾਈ ਕਬੱਡੀ ਲਓ ਸਰਦਾਰ ਕਰਦਾ ਟਰਾਈ ਮੇਰੇ ਮਿੱਤਰੋਂ ਲੱਗਦਾ ਜ਼ੋਰ ਇਹ ਕਹਿੰਦੇ ਮੰਨੇ ਦਾ ਵੀਰ ਹੈ ਅੱਜ ਜਿਵੇਂ ਮਿੰਟੂ ਸਰਪੰਚ ਹੋਣੀ ਕਹਿੰਦੇ ਆ ਵੀ ਧਰੂ ਦੌਦਰ ਲੈਂਬਰ ਸਿੱਧਵਾ ਹੈ ਜਿਨ੍ਹਾਂ ਨੇ ਕਹਿੰਦੇ ਗਹਿ ਗੱਡ ਨੇ ਸਹਿਯੋਗ ਹੈ ਗਹਿ ਗੱਡ ਨੇ ਸਹਿਯੋਗ ਹੈ ਕਬੱਡੀ ਇਸ ਵੱਡੇ ਟੂਰਨਾਮੈਂਟ ਦੇ ਲਈ ਕਹਿੰਦੇ ਵੱਡੇ 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 ਮਾਨ ਸਨਮਾਨ ਉੱਧਰ ਕਹਿੰਦੇ ਮਿੱਤਰਾਂ ਨੂੰ ਦਿੱਤੇ ਗਏ ਹੈ ਪਰ ਆਹ ਦੇਖੋ ਚਾਰ ਜਾਫੀ ਹੈ ਚੌਂ ਦੇ ਵਿੱਚੋਂ ਕੌਣ ਕਰੂ ਟਰਾਈ ਕੌਣ ਲਾਊ ਜੱਫਾ ਕੌਣ ਕਰਵਾਊ ਬੱਲੇ ਬੱਲੇ ਉੱਧਰ ਦੇਖੋ ਸਾਹਮਣੇ ਸਵਾਦ ਕਬੱਡੀ ਦਾ ਇੱਧਰ ਲਓ ਕੀਤੀ ਟਰਾਈ ਕੀਤੀ ਟਰਾਈ ਕੀਤੀ ਟਰਾਈ ਭੱਜਾ ਪੰਪ ਕਰਾਤੀ ਬੱਲੇ ਬੱਲੇ ਇਹ ਆ ਕਹਿੰਦੇ ਉੱਡਣਾ ਕਾਲੇ ਸਿੰਘਿਆਂ ਵਾਲਾ ਹੈ ਉੱਡਣਾ ਕਾਲੇ ਸਿੰਘਿਆਂ ਵਾਲਾ ਲਓ ਮੈਂ ਜਿਹੜਾ ਸਮਾਪਤ ਹਾਂਜੀ ਚੱਲਦੇ ਹੋਏ ਮੈਚ ਦੇ ਵਿੱਚੋਂ ਬਾਲਨੋ ਦੀ ਟੀਮ ਜਿਹੜੀ ਜੇਤੂ ਮੇਰੇ ਵੀਰੋ ਜਾਣ ਪਹਿਚਾਣ ਕਰਨ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਹੈ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤ ਅੱਜ ਨੇ ਇਸ ਕਬੱਡੀ ਕੱਪ ਤੇ ਪੁੱਜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਉੱਧਰ ਨਾਲ ਹੀ ਡਾਕਟਰ ਹਰਜੋਤ ਕਮਲ ਜੀ ਕਿਰਪਾ ਕਰਕੇ ਉਹ ਵੀ ਆਉਣਗੇ ਗਰਾਊਂਡਾਂ ਵਾਲੇ ਪਾਸੇ ਟੀਮਾਂ ਦੇ ਨਾਲ ਜਾਣ ਪਹਿਚਾਣ ਹੋਵੇਗੀ ਡਾਕਟਰ ਹਰਜੋਤ ਕਮਲ ਜੀ ਕਹਿੰਦੇ ਕਾਂਗਰਸ ਦੇ ਖੰਭ ਦੇ ਤੌਰ ਤੇ ਜਾਣੇ ਜਾਂਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਦਾ ਉੱਧਰ ਕਹਿੰਦੇ ਮਿੰਟੂ ਸਾਹਿਬ ਬਹੁਤ ਬਹੁਤ ਧੰਨਵਾਦ ਡਾਕਟਰ ਹਰਜੋਤ ਕਮਲ ਜੀ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਣ ਤਰਸੇਮ ਸਿੰਘ ਜੀ ਚੰਨਣਵਾਲ ਜਿਨ੍ਹਾਂ ਨੇ ਅਜੀਤ ਦੇ ਪੰਨਿਆਂ ਤੇ ਗੱਲ ਕਰਨੀ ਅੱਜ ਦੇ ਇਸ ਕਬੱਡੀ ਕੱਪ ਦੇ ਪੁੱਜੇ ਹੋਏ ਹੈ ਹਾਂਜੀ ਕੌਗੋ ਤੇ ਬਰਨਵਾਲ ਕੋਟ ਛਾਪਾ ਤੇ ਧਾਲੀਵਾਲ ਵੇਟ ਮਣਕੇ ਤੇ ਮਲੜੀ ਹਰਿਆਣਾ ਦਿਲਬਾ ਏ ਤੇ ਬਗਾਤੇ ਜੋਧਪੁਰ ਚੀਮਾ ਤੇ ਸੁਰਖਪੁਰ ਇਹ ਟੀਮਾਂ ਪੰਜ ਮੈਚ ਅਸੀਂ ਬੋਲਤੇ ਮਣਕੇ ਇੱਕ ਤਾਂ ਇਕੱਲੇ ਮੱਥੇ ਦੇ ਵਿੱਚ ਕਹਿੰਦੇ ਮਾਣ ਨਾਭਾ ਪਿੰਡ ਹੈ ਬੈਦ ਨਾ ਜਿਸ ਨਾਉਯੋਨ ਨੇ ਬਾਜੇ ਖਾਨੇ ਦੇ ਕਬੱਡੀ ਕੱਪ ਤੇ ਸੋਨੂੰ ਜੰਪ ਨੂੰ ਲਗਾਤਾਰ 3 ਜਫੇ ਲਾ ਕੇ ਇੱਕ ਰਿਕਾਰਡ ਬਣਾਇਆ ਕਿ ਸੌਖੇ ਪੈਦਾ ਹੁੰਦੇ ਨਹੀਂ ਰਿਕਾਰਡ ਕਰਨੇ ਕਰ ਲੈਂਦੇ ਨੇ ਬਗਾਨੇ ਪੁੱਤ ਧਾਉਣ ਪਰਨੇ ਕਿ ਸੌਖੇ ਪੈਦਾ ਹੁੰਦੇ ਨਹੀਂ ਰਿਕਾਰਡ ਕਰਨੇ ਇਹ ਆ ਮੇਰੇ ਵੀਰਿਓ ਬੈਦ ਮਾੜ ਨਾਭੇ ਵਾਲਾ ਚੱਲ ਵੀ ਨਾਉਯੋਨਾ ਪਾ ਵੀ ਗੱਭਰੂ ਹੈ ਕਬੱਡੀ ਲਓ ਆਹ ਨਾਉਯੋਨ ਦਾ ਘੁੰਨਸ ਪਿੰਡ ਹੈ
ਜਿੱਥੋਂ ਦੇ ਸੰਤ ਬਾਬਾ ਬਲਵੀਰ ਸਿੰਘ ਜੀ ਘੁੰਨ ਸੁਰਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਮੇਰੇ ਵੀਰਿਓ, ਉਸ ਪਿੰਡ ਦਾ ਸੋਨੀ ਘੁੰਨ ਸਾਹਿਬ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ। ਕਹਿੰਦੇ 2017 ਦੇ ਕਬੱਡੀ ਕੱਪ 'ਤੇ ਨਿੱਕਾ ਸੰਘੇੜੇ ਵਾਲਾ ਸੋਨੀ ਸੰਘੇੜੇ ਵਾਲੇ ਨੂੰ ਉੱਧਰ ਸਟੇਜ ਕੋਲੇ ਮਿਲ ਲਈ। ਚੱਲ ਵੀ ਨਾ ਹੋਈ ਉਹਨਾਂ ਪਾ ਵੀ ਗੱਭਰੂ ਆ ਕਬੱਡੀ ਪਿਆਰੇ 75 ਕਿਲੋ ਦੀਆਂ ਟੀਮਾਂ ਤਿਆਰ ਹੋ ਜਾਓ ਬਾਈ, ਇੱਕ ਮੈਚ ਹੋਰ ਹੈ ਉਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ ਆ। ਸਰ ਵੀ ਪਿਆਰਾ ਉਹਨਾਂ ਨੂੰ ਬੇਨਤੀ ਆ, ਸਰ ਵੀ ਪਿਆਰਾ ਬਈ ਉਹ ਜਿਹੜੇ ਆਪਾਂ ਬੈਸਟ ਰੇਡਰ ਦੇ ਜਾਫੀ ਜੋੜਨੇ ਨਾ, ਤੁਸੀਂ ਮਾੜਾ ਸਟੇਜ 'ਤੇ ਆ ਕੇ ਮੇਰੇ ਨਾਲ ਸੰਪਰਕ ਕਰੋ ਸਰ ਵੀ ਦੇ ਪਿਆਰਾ। ਉਧਰਲੇ ਪਾਸੇ ਲੰਡੇ ਕੇ ਪਿੰਡ ਤੋਂ ਸ਼ੀਰੇ ਵਰਗੇ ਲੰਡੇ ਕਿਆਂ ਵਾਲੇ ਜਿਵੇਂ ਕਹਿੰਦੇ ਨੇ ਕਰਮੇ ਦੇ ਗਰਾਈ ਇੱਥੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਨੇ, ਸੋ ਧੰਨਵਾਦ ਕਰਦੇ ਆ। ਨਾਲ ਕਾਕਾ ਪ੍ਰਧਾਨ ਜੀ ਉਹ ਵੀ ਜਿਹੜੇ ਪੁੱਜੇ ਹਨ, ਸਾਡੇ ਡਾਕਟਰ ਡਾਕਟਰ ਹਰਜੋਤ ਕਮਲ ਜੀ ਜਨਰਲ ਸਕੱਤਰ ਨੇ ਜਿਵੇਂ ਪੰਜਾਬ ਕਾਂਗਰਸ ਕਮੇਟੀ ਦੇ, ਔਰ ਜਿੱਥੇ ਬਹੁਤ ਸਤਿਕਾਰ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਉਹਨਾਂ ਦੇ ਨਾਲ ਹੀਰਾ ਜੀ ਔਰ ਜਿਵੇਂ ਕਹਿੰਦੇ ਨੇ ਸਾਡੇ ਬਹੁਤ ਹੀ ਕਾਕਾ ਪ੍ਰਧਾਨ ਜੀ ਉਹ ਜਿਹੜੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਕਾਕਾ ਪ੍ਰਧਾਨ ਜੀ ਉਹ ਜਲਦੀ ਦੇ ਨਾਲ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ, ਕਿਉਂਕਿ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਡਾਕਟਰ ਹਰਜੋਤ ਕਮਲ ਜੀ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਕਾਂਗਰਸ ਕਮੇਟੀ ਦੇ, ਬਹੁਤ ਸਤਿਕਾਰ ਦੇ ਯੋਗ ਇਸ ਇਲਾਕੇ ਦੀ ਹਰਮਨ ਪਿਆਰੀ ਤੇ ਜਾਨੀ ਪਹਿਚਾਨੀ ਸ਼ਖਸੀਅਤ ਹੈ, ਸੋ ਧੰਨਵਾਦ ਕਰਦੇ ਹਾਂ ਇਹਨਾਂ ਦੇ ਇੱਥੇ ਪੁੱਜਣ ਤੇ, ਜਿੱਥੇ ਮਾਣ ਸਨਮਾਨ ਉੱਥੇ ਟੂਰਨਾਮੈਂਟ ਪ੍ਰਬੰਧਕਾਂ ਦੇ ਲਈ ਬਹੁਤ ਸਾਰਾ ਵੱਡਾ ਯੋਗਦਾਨ ਕੀਤਾ। ਸੁਣੇ ਲਓ ਇਧਰਲੇ ਪਾਸੇ ਕਾਲੂ ਨਾ ਮੇਰੇ ਵੀਰੋ, 5,500 ਰੁਪਏ ਦੇ ਮਾਣ ਸਨਮਾਨ ਜਿੱਥੇ ਡਾਕਟਰ ਸਾਹਿਬ ਨੇ ਇਸ ਟੂਰਨਾਮੈਂਟ ਦੇ ਲਈ ਵਿੱਤੀ ਸਹਾਇਤਾ ਦਿੱਤੀ, ਧੰਨਵਾਦ ਕਰਦੇ ਹਾਂ। ਸਰਦਾਰ ਕਿਰਨ ਸਿੰਘ ਜੀ ਕੈਨੇਡੀਅਨ 5,100 ਰੁਪਏ ਦਾ ਯੋਗਦਾਨ ਇਹਨਾਂ ਨੇ ਅਦਾ ਕੀਤਾ, ਇਸ ਕਰਕੇ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਸਰਦਾਰ ਕਿਰਨ ਸਿੰਘ ਜੀ ਕੈਨੇਡੀਅਨ ਉਹਨਾਂ ਦਾ। ਸ਼ੀਰਾ ਚੈਕਰ ਜੀ, ਸ਼ੀਰਾ ਚੈਕਰ ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਸ਼ੀਰਾ ਚੈਕਰ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਮੈਦਾਨਾਂ ਦੇ ਵਿੱਚ। ਹੁਣ ਮੈਂ ਬੇਨਤੀ ਕਰਾਂਗਾ ਝੱਲੀ ਨਾਈ ਉਹਨਾਂ ਵੀ ਪਾਖ ਆਬਾਦ ਪੈਂਦੀ ਹੋਈ ਕਬੱਡੀ ਬਾਰੇ। ਆਹ ਸੁਣੇ ਲਓ ਖੇਡ ਮੈਦਾਨ ਦੇ ਵਿੱਚ ਮਿੱਠੇ ਵਾਲ ਪਿੰਡ ਵਾਲੇ ਦੀ ਪਈ ਹੋਈ ਕਬੱਡੀ ਤੇ ਮੇਰੇ ਵੀਰੋ ਬੈਟ ਮਾੜਨਾ ਪਏ ਵਾਲਾ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਕਰਦਾ ਹੋਇਆ। ਇੱਕ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਜਨਰੇਟਰ ਦੇ ਥੋੜਾ ਮੱਝੂ ਕੇ ਤਲਵੰਡੀ ਮੱਝੂ ਕੇ ਪ੍ਰਬੰਧਕਾਂ ਨੂੰ ਬੇਨਤੀ ਆ ਜਨਰੇਟਰ ਦੇ ਵਿੱਚ ਤੇ ਸੋਹਣੇ ਥੋੜੀ ਡਿਊਟੀ ਥੋੜਾ ਮੱਝੂ ਕੇ ਵਾਲਾ ਉਹਦਾ ਮਾਣ ਸਨਮਾਨ ਜੋੜੀ ਦੋਨਾਂ ਦੀ ਗੋੜਾ ਸਰਪੰਚ ਮੱਝੂ ਕੇ ਜੀ ਤੇ ਗੁਰਵਿੰਦਰ ਮੋਕੇ ਵਾਲੇ ਦੀ ਜੋੜੀ ਮਸ਼ਹੂਰ ਹੈ, ਦੋਨਾਂ ਦੀ ਡਿਊਟੀ ਜਨਰੇਟਰਾਂ ਤੇ ਲਾਈ ਹੋਈ ਆ ਵੀ ਤੇਲ ਧੂੜ ਇਹਨਾਂ ਨੇ ਚੈੱਕ ਕਰਨਾ। ਕਾਲਾ ਧੂੜਕੋਟ ਜੀ ਉਹਨਾਂ ਦਾ ਮਾਣ ਸਨਮਾਨ ਕਾਲਾ ਧੂੜਕੋਟ ਮੈਂਬਰ ਜੋੜੀ ਉਹਨਾਂ ਦੀ ਵੀ ਮਸ਼ਹੂਰ ਹੈ ਡਾਕਟਰ ਐਂਡ ਪਾਰਕਟ, ਡਾਕਟਰ ਰੁਪਿੰਦਰ ਡਾਕਟਰ ਤੇ ਪਾਰਕਟ ਰੰਧਾਵਾ ਉਹਨਾਂ ਦੀ ਵੀ ਜੋੜੀ ਮਸ਼ਹੂਰ ਆ। ਉੱਧਰ ਜੋੜੀ ਜੀਵਿੰਦਰ ਕਾਕਾ ਤੇ ਮੈਂਟੂ ਸਰਪੰਚ ਜੋੜੀਆਂ ਬਣੀਆਂ ਹੋਈਆਂ ਕੰਮ ਦੇ ਲਈ ਜ਼ਿੰਮੇਵਾਰ ਵਿਅਕਤੀ ਨੇ ਸਾਰੇ ਹੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਚੱਲ ਵੀ ਨਾ ਹੋਈ ਉਹਨਾਂ ਪਾ ਵੀ ਗੱਭਰੂ ਆ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਘੁੰਨਸ ਪਿੰਡ ਵਾਲਾ ਸੋਨੀ ਮੇਰੇ ਵੀਰੇ ਉਹ ਕਬੱਡੀ ਪਾਉਂਦਾ ਹੋਇਆ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਸਾਡੇ ਵੀਰ ਮਨਦੀਪ ਸਿੰਘ ਗੋਲਾ ਉਹਨੂੰ ਬੜਾ ਚਾਅ ਸੀ ਟੂਰਨਾਮੈਂਟ ਦੇਖਣ ਦਾ, ਕਿਸੇ ਕਾਰਨ ਉਹਨੂੰ ਬਾਹਰ ਜਾਣਾ ਪਿਆ, ਉਹਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਉਹਨੇ ਸਾਨੂੰ ਫੋਨ 'ਤੇ ਸਾਰਾ ਕੁਝ ਪੁੱਛਿਆ ਵੀ ਕਿਵੇਂ ਚੱਲ ਰਿਹਾ ਕੀ ਹੋ ਰਿਹਾ, ਅਤੇ ਗੋਲਾ ਮਨਦੀਪ ਸਿੰਘ ਗੋਲਾ ਬਹੁਤ ਹੀ ਵਧੀਆ ਇਨਸਾਨ, ਨਰਮ, ਸਾਰੇ ਸੱਜਣਾਂ ਨੂੰ ਪਿਆਰ ਕਰਨ ਵਾਲਾ ਮਨਦੀਪ ਸਿੰਘ ਗੋਲਾ, ਉਹ ਵੀ ਕਿਸੇ ਕਾਰਨ ਉਹਨੂੰ ਬਾਹਰ ਜਾਣਾ ਪਿਆ, ਇਸ ਟੂਰਨਾਮੈਂਟ 'ਚ ਅਸੀਂ ਮਿਸ ਕਰ ਰਹੇ ਹਾਂ ਉਹਨੂੰ ਵੀ। ਉਧਰ ਜੱਗਾ ਚੀਮਾ ਤੇ ਜਸਵੰਤ ਚੀਮਾ ਮਿਡਵੇ ਕਲੱਬ ਵਾਲੇ ਇੰਗਲੈਂਡ ਵਾਲੇ ਕਬੱਡੀ 365 ਕਬੱਡੀ ਫੀਵਰ .com ਤੇ ਮਾਲਵਾ TV.com ਦੇ ਜ਼ਰੀਏ ਇਸ ਕਬੱਡੀ ਦੇ ਮਹਾਕੁੰਭ ਦੇ ਨਾਲ ਜੁੜੇ ਬੈਠੇ ਨੇ। ਸੁੱਖਾ ਤਿੱਕੜੀ ਮਸ਼ਹੂਰ ਆ ਜੀ, ਇੱਥੇ ਇੱਕ ਤਿੱਕੜੀ ਮਸ਼ਹੂਰ ਆ। ਹਾਂਜੀ ਬਾਈ ਭੋਦਰਾ ਦੀ ਟੀਮ ਤੇ ਤੂੰ ਹੈ ਜੀ, ਰੰਧਾਵਾ ਤੇ ਅੰਗਰੇਜ਼ ਸੰਧੂ ਉਹਨਾਂ ਦੀ ਵੀ। ਹਾਂਜੀ ਮੈਚ ਦਾ ਰਿਜ਼ਲਟ ਦਿਓ ਜੀ। ਹਾਂਜੀ ਭੋਤਨੇ ਦੀ ਟੀਮ ਜਿੱਤ ਗਈ। ਹਾਂਜੀ ਭੋਤਨਾ ਦੀ ਟੀਮ ਮਾਸਟਰ ਜੀ ਟੀਮ ਜੇਤੂ ਆ, ਪਹਿਲਾਂ ਤਾਂ ਨੋਟ ਕਰਿਓ ਬਾਅਦ ਦੇ ਵਿੱਚ ਸਾਥ ਹੋਣਾ ਪੁੱਛਿਓ। ਹਾਂਜੀ ਰਹੀਸ਼ ਖੇੜਾ ਜੀ ਉਹ ਵੀ ਅੱਜ ਨੇ ਇਸ ਕਬੱਡੀ ਕੱਪ ਦੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਉਹਨਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ। ਬਿੰਦਰ ਗਹਿਲਾ ਨੂੰ ਪਾਈਲਟ ਗਰਾਊਂਡ ਸਾਦਾ ਭਾਜੀ
ਗਹਿਣਾ ਵਾਲਾ ਪਾਇਲਟ ਉਹਦਾ ਭਤੀਜਾ ਕਾਲਾ ਉਹ ਵੀ ਸਾਡੇ ਜਿੰਦਗੀ ਦਾ ਬਹੁਤ ਪਿਆਰਾ ਜੋੜੀ ਹੋਰ ਮਸ਼ਹੂਰ ਹੈ ਜੀ ਪਿੰਡ ਦੇ ਵਿੱਚ ਜਿਵੇਂ ਜਗਰਾਜ ਸਿੰਘ ਯੂਐਸਏ ਦਾ ਤੀਰਥ ਰੰਧਾਵਾ ਉਹਨਾਂ ਦੀ ਵੀ ਜੋੜੀ ਮਸ਼ਹੂਰ ਹੈ ਜੀ ਉਹ ਵੀ ਦੋਨੇ ਸੱਜਣ ਇਕੱਠੇ ਰਹਿ ਕੇ ਕੰਮ ਕਰਦੇ ਨੇ ਜਗਰਾਜ ਸਿੰਘ ਯੂਐਸਏ ਤੇ ਤੀਰਥ ਰੰਧਾਵਾ ਆ ਜੀ ਚਲਾਓ ਜੀ ਅਗਲਾ ਮੈਚ ਖਾਈ ਤੇ ਚਕਰ ਜਿੰਨੇ ਵੀ ਗੁਰਕੀਰਤਨ ਹੋਣੀ ਸਾਰੇ ਸੱਜਣ ਸਾਡੇ ਪਿਆਰੇ ਉਹਨਾਂ ਨੇ ਦਾਨ ਵੀ ਭੇਜਿਆ ਗੁਰਕੀਰਤ ਤਲਵੰਡੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਇੱਥੇ ਸਾਡੇ ਐਨ ਆਰ ਆਈ ਵੀਰ ਮਨਿੰਦਰ ਟੀਟੂ ਜੀ ਰਾਜਵਿੰਦਰ ਭੁੱਲਰ ਜੀ ਕਿਰਨਦੀਪ ਜੀ ਮਿਹਰਬਾਨ ਜੀ ਦਵਿੰਦਰ ਸਿੱਧੂ ਜੀ ਜਗਰਾਜ ਸਿੰਘ ਜੀ ਯੂਐਸਏ ਮਿੱਕਾ ਢੰਡਵਾਲ ਜੀ ਇਹ ਸਾਰੇ ਸੱਜਣ ਐਨ ਆਰ ਆਈ ਵੀਰ ਇੱਥੇ ਵੀ ਆਨੰਦ ਮਾਣ ਰਹੇ ਹਾਂਜੀ ਗੁਰਕੀਰਤ ਤਲਵੰਡੀ ਜੀ ਕਿਰਪਾ ਕਰਕੇ ਉਹ ਆਪਣਾ ਸਨਮਾਨ ਲੈ ਲੈਣਗੇ ਗੁਰਕੀਰਤ ਤਲਵੰਡੀ ਜੀ ਲਓ ਖੇਡ ਮੈਦਾਨ ਦੇ ਵਿੱਚ ਦੁੱਗਾ ਵਾਲਾ ਮੇਰੇ ਪੰਜਾਬੀ ਵੀਰਿਓ ਇਹ ਹੈ ਕਬੱਡੀ ਦਾ ਜਾਲਮ ਜਾਫੀ ਦੁੱਗਾ ਪਿੰਡ ਪੂਰੀ ਦੁਨੀਆ 'ਚ ਐਵੇਂ ਨਹੀਂ ਪ੍ਰਸਿੱਧ ਕੀਤਾ ਇਹਨੇ ਨੁਕਰੇ ਘੋੜੇ ਜਿੱਤੇ ਆ ਥੋੜ ਟਰੈਕਟਰ ਜਿੱਤੇ ਆ ਮੇਰੇ ਪੰਜਾਬੀ ਵੀਰਿਓ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ 'ਚ ਖੇਡਿਆ ਕਬੱਡੀ ਦਾ ਪ੍ਰਿੰਸ ਹੈ ਤਾਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਜਾਫਾ ਵਾਹ ਉਧਰਲੇ ਪਾਸੇ ਕਬੱਡੀ ਜਗਤ ਦਾ ਪ੍ਰਿੰਸ ਜਾਫੀ ਖੁਸ਼ੀ ਦੋਗਾ ਵਾਲਾ ਨੌਜਵਾਨ ਨੂੰ ਜੱਫਾ ਮਾਰ ਕੇ ਅੰਕਾਂ ਦੇ ਵਿੱਚ ਵਾਧੇ ਕਰਦਾ ਹੋਇਆ ਦੂਜੇ ਰਾਊਂਡ ਦੇ ਮੈਚ ਵੀ ਬੋਲੋ ਜੀ ਠੀਕ ਹੈ ਜੀ ਮਾੜੇ ਸਾਰੇ ਵੀਰ ਆਪੋ ਆਪਣੀਆਂ ਹੁਣ ਸਾਈਟਾਂ ਲੈ ਲਓ ਦੂਜੇ ਰਾਊਂਡ ਦੇ ਲਈ ਕਿਉਂਕਿ ਵਰਸੀ ਜੀ ਬਾਰੜ ਬਾਲ ਕਾਪਾ ਵਰਸੀ ਜੀ ਧਾਲੀ ਬਾਲ ਬੇਟ ਮਾਣੂ ਕੇ ਵਰਸੀ ਜੀ ਮੱਲੜੀ ਹਰਿਆਣਾ ਦਿਨ ਬਾਏ ਤੇ ਵਧਾਤੇ ਜੋਧਪੁਰ ਟੀਮਾਂ ਦੇ ਸੁਰਖਪੁਰ ਲਓ ਖੇਡ ਮੈਦਾਨ ਦੇ ਵਿੱਚ ਖਾਈ ਵਾਲੇ ਦੀ ਪਈ ਹੋਈ ਕਬੱਡੀ ਦੋ ਨੰਬਰ ਤੋਂ ਮੇਰੇ ਵੀਰਿਓ ਨੌਜਵਾਨ ਇਸ ਵੇਲੇ ਕਰਦਾ ਹੋਏ ਕੋਸ਼ਿਸ਼ ਚੱਕਰ ਵਾਲਾ ਕਲਮੇ ਦਾ ਪੇਂਡੂ ਹੈ ਦੂਜੇ ਪਾਸੇ ਖਾਈ ਵਾਲਾ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਹੋਏ ਹੈ ਇੱਕ ਇੱਕ ਕਬੱਡੀ ਕਹਿੰਦੇ ਲੱਖ ਲੱਖ ਦੀ ਹੈ ਆਹ ਕਰਮੇ ਦਾ ਛੋਟਾ ਵੀਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਲੇ ਹੋਏ ਕਬੱਡੀ ਜਸਕਰਨ ਸਿੰਘ ਜੀ ਸੰਧੂ ਉਹਨਾਂ ਨੂੰ ਕਿਰਨਦੀਪ ਸਿੰਘ ਜੀ ਰੰਧਾਵਾ ਕੈਨੇਡਾ ਉਹ ਬੁਲਾ ਰਹੇ ਆ ਸਟੇਜ ਤੇ ਆ ਜਾਣ ਜਸਕਰਨ ਸੋਹਣੇ ਇੱਕ ਕੰਨੀ ਤੇ ਹਿੰਦਾ ਮਲਕ ਦਾ ਇੱਕ ਕੰਨੀ ਤੇ ਤਿੜਬੇ ਦਾ ਖੁਸ਼ੀ ਆ ਇੱਕ ਪਾਸੇ ਮੇਰੇ ਵੀਰੇ ਨੌਜਵਾਨ ਚੱਕਰ ਵਾਲੇ ਸ਼ੀਰੇ ਦੀ ਪਿੰਡੇ ਦੀ ਪਈ ਹੋਈ ਕਬੱਡੀ ਲਾਓ ਇਸ ਵੇਲੇ ਦੁੱਗਾ ਵਾਲਾ ਇੱਕ ਪਾਸੇ ਚੱਕਰ ਵਾਲਾ ਧੀਰੀ ਹੈ ਇੱਕ ਪਾਸੇ ਦੁੱਗਾ ਦਾ ਖੁਸ਼ਦੀਪ ਸਿੰਘ ਚੱਕਰ ਵਾਲੇ ਭੀੜ ਨੂੰ ਖੁਸ਼ੀ ਦੁੱਗਾ ਵਾਲੇ ਨੇ ਜੱਫਾ ਲਾ ਦਿੱਤਾ ਪਰ ਉਧਰਲੇ ਪਾਸੇ ਦੀਪਾ ਖਾਈ ਵਾਲਾ ਮੇਜਰ ਬਰਾੜ ਜਲੰਧਰ ਸਿੰਘ ਸਿੱਧੂ ਕਰਮਪਲ ਲੰਡੇਕਿਆਂ ਵਾਲਾ ਸਿੱਧੂ ਮਾਰੂਕਿਆਂ ਵਾਲਾ ਗੁਰਲਾਲ ਜਿੱਥੇ ਜੁੰਡੀ ਦੀ ਯਾਰੀ ਹੈ ਉੱਥੇ ਇਸ ਕਬੱਡੀ ਦੇ ਕੱਪ ਨੂੰ ਮੇਨ ਪਿਆਰ ਭੇਜਦੇ ਨੇ ਧੰਨਵਾਦ ਹੈ ਇੱਧਰਲੇ ਪਾਸੇ ਖਾਈ ਵਾਲੇ ਦੀਪੇ ਦਾ ਪੁਆਇੰਟ ਹੈ ਮਿੱਤਰੋ ਅੰਕ ਦੀਪੇ ਦੇ ਖਾਤੇ ਖਾਈ ਦੇ ਖਾਤੇ ਨਿੱਕਾ ਚਲੋ ਨੌਜਵਾਨਾਂ ਪਾ ਕਬੱਡੀ ਕਹਿੰਦੇ ਨੇ ਚੱਕਰ ਪਿੰਡ ਬੜਾ ਮਸ਼ਹੂਰ ਹੈ ਲੁਧਿਆਣੇ ਜ਼ਿਲ੍ਹੇ ਦਾ ਮਕਬੂਲ ਪਿੰਡ ਹੈ ਇੱਕ ਮਿੰਟ ਜੀ ਪਹਿਲਵਾਨ ਮਾਲਣਾ ਬਿਹਲਾ ਨਾਲ ਵੀਰ ਜੀਤੇ ਹੋਣੀ ਸਾਰੇ ਆਪੋ ਆਪਣੇ ਮਾਨ ਸਨਮਾਨ ਲੈ ਲੈਣਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਵਰਸੀ ਜੀ ਬਰੜ ਵਾਲਾ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਜੰਟਾ ਮਾਲਣਾ ਬਿਹਲਾ ਤੇ ਪਾਲਾ ਮਾਲਣਾ ਬਿਹਲਾ ਉਹ ਵੀਰ ਆਪਣੇ ਸਨਮਾਨ ਲੈ ਲੈਣਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਮੈਚਾਂ ਦੇ ਲਈ ਸੰਧੂ ਬ੍ਰਦਰਸ ਉਹ ਵੀ ਸਾਡੇ ਵੀਰ ਪੁੱਜੇ ਉਹਨਾਂ ਨੂੰ ਬੇਨਤੀ ਉਹ ਵੀ ਤਿਆਰੀ ਰੱਖਣਗੇ ਲਓ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ ਇੱਕ ਇੱਕ ਕਬੱਡੀ ਕਹਿੰਦੇ ਲੱਖ ਲੱਖ ਦੀ ਖੇਡ ਮੈਦਾਨ ਦੇ ਵਿੱਚ ਖਾਈ ਵਾਲਾ ਮੇਰੇ ਵੀਰੇ ਪਾਉਂਦਾ ਹੋਇਆ ਦੂਜੇ ਪਾਸੇ ਚਾਰ ਜਾਫੀ ਹੈ ਹਲਕੀ ਹੋਈ ਕੋਈ ਬੁੱਲ ਨਹੀਂ ਪੈਂਦਾ ਕਾਰਤੂਸ਼ ਚੱਲੇ ਦਾ ਲੱਖ ਲੱਖ ਦੀ ਕੌਡੀ ਜੱਫਾ ਕੱਲੇ ਕੱਲੇ ਦਾ ਇੱਕ ਪਾਸੇ ਖਾਈ ਬਿਲਕੁਲ ਪੱਤੋ ਦੇ ਲਾਗੇ ਪਿੰਡ ਹੈ ਜਿੱਥੋਂ ਦੇ ਗੁਰਸ਼ਰਨ ਭਾਲੇ ਵਰਗੇ ਉਹ ਦੇਖ ਲੈ ਖਾਈ ਵਾਲੇ ਨੇ ਲੰਮਾ ਹੱਥ ਕਰਕੇ ਬਾਂਹ ਕੱਢ ਕੇ ਅੰਕ ਮੋਗੇ ਵਾਲੇ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਕਿ ਰੋਪੜ ਦੀ ਰਹਿਣ ਵਾਲੀ ਰੌਦ ਵਿੱਚ ਅੰਬਰ ਸਰੀਆ ਥੱਲੇ ਆ ਜਾਣ ਜਿਹੜੇ ਪਲੇਅਰ ਖੇਡ ਕੇ ਜਾਂਦੇ ਆ ਉਹ ਮਿਲਣ ਨੂੰ ਕਹਿੰਦੇ ਆ ਉਹਨਾਂ ਨੂੰ ਹਾਂ ਗੱਡੀ ਹੋਈ ਮਿਲਣ ਥੱਲੇ ਪੌੜੀਆਂ ਦੇ ਉਹ ਪਲੇਅਰਾਂ ਨੂੰ ਨਿੱਕਾ ਯੂਐਸਏ ਜੱਸੀ ਕੈਨੇਡਾ ਸੀਰਾ ਕੈਨੇਡਾ ਗਗਨ ਕੈਨੇਡਾ ਵਰਿੰਦਰ ਕੈਨੇਡਾ 1100 ਜਿਹੜਾ ਖੁਸ਼ੀ ਦੇ ਲਈ ਪੁੱਜਦਾ ਕਰ ਰਹੇ ਹੈ ਖਾਈ ਜੇਤੂ ਹੈ ਖਾਈ ਜੇਤੂ ਹੈ ਨੋਟ ਕਰੋ ਪਹਿਲਾਂ ਤਾਂ ਬਾਈ ਖਾਈ ਦੀ ਟੀਮ ਜੇਤੂ ਹੈ ਬਾਕੀ ਕੰਮ ਬਾਅਦ ਚ ਹਾਂ ਜੀ 75 ਦਾ ਫਾਈਨਲ ਕਰਾਓ ਜੀ ਕਿਲੋ ਵਰਗ ਦੇ ਜਿਹੜੇ ਪੁਆਇੰਟ ਨੇ 9.5-10 ਲਖਵੀਰ ਸਿੰਘ ਜੀ ਸਕੂਰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਬਈ ਜੱਗਿਆ ਦੇਖਿਓ ਵੀਰ ਡਿਊਟੀ ਲਾ ਦਿਓ ਬੈਸਟ ਰਾਈਡਰ ਦਾ ਜਾਫੀ ਕੱਢਣ ਲਈ ਹਾਂਜੀ ਲਖਵੀਰ ਸਿੰਘ ਜੀ ਸਕੂਲ 5000 ਰੁਪਈਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਦਿੰਦਾ ਧੰਨਵਾਦ ਜੀ ਹਾਂਜੀ ਬੈਠ ਕੱਢਣ ਲਈ ਅੰਦਰ ਸਰ ਵੀ ਹੋਣੀ ਪਿਆਰੇ ਹੋਣੀ ਜੱਗੇ ਹੋਣੀ ਸਾਰੇ ਵੀਰ ਹਾਂ ਕਾਪੀ ਪੈਨ ਲੈ ਕੇ ਜਾਇਓ ਬਈ 1000 ਰੁਪਈਏ ਦਾ ਇਨਾਮ ਦਿੱਤਾ ਗਿਆ
ਦੁੱਕੀ ਪਿੰਡਰ ਜੀ ਉਹਨਾਂ ਨੂੰ ਜਗਰਾਜ ਸਿੰਘ ਜੀ ਦੁੱਕੀ ਪਿੰਡਰ ਜੀ ਰੈਫਰੀ ਸਾਹਿਬਾਨ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਜਗਰਾਜ ਸਿੰਘ ਜੀ ਯੂ ਐੱਸ ਏ ਵੱਲੋਂ 1,000 ਰੁਪਈਏ ਦਾ ਇਨਾਮ ਦਿੱਤਾ ਗਿਆ ਧੰਨਵਾਦ ਜੀ ਬਹੁਤ ਬਹੁਤ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦਿੱਤਾ ਜਾਂਦਾ ਜੀ ਪਲੀਜ਼ ਬੇਨਤੀ ਹੈ ਵੀਰੇ ਸਾਰੇ ਇੱਕ ਸਾਈਡ 'ਤੇ ਹੋ ਜਾਓ ਦਰਸ਼ਕਾਂ ਨੂੰ ਮੈਚ ਦੇਖਣ ਦਾ ਇੱਕ ਡੱਕੇ ਦਾ ਆਨੰਦ ਨਹੀਂ ਆਉਂਦਾ ਪਲੀਜ਼ ਹੁਣ ਸਾਰੇ ਤੁਸੀਂ ਸਨਮਾਨ ਵੀ ਦੇ ਲਏ ਅਤੇ ਜੇ ਇੱਕ ਸਾਈਡ 'ਤੇ ਹੋ ਜਾਣਾ ਜਮਾਂ ਹੀ ਸਵਾਰ ਆ ਜੀ 75 ਕਿਲੋ ਦਾ ਫਾਈਨਲ ਮੈਚ ਚੱਲਦਾ ਅਗਲੇ ਮੈਚ ਵੀ ਬਹੁਤ ਸੋਹਣੇ ਹੋਣੇ ਜੀ ਕਰਾ ਦਿਓ ਸ਼ੁਰੂ ਜਿਹੜੇ ਹੈਗੇ ਆ ਮੇਜਰ ਮਿਰਗ ਇਹ ਵੀ ਕਬੱਡੀ ਦਾ ਖੁਸ਼ੀ ਆ ਜਿਵੇਂ ਓਪਨ ਦੇ ਵਿੱਚ ਆਲ ਓਪਨ ਦੇ ਵਿੱਚ ਅਕੈਡਮੀਆਂ 'ਚ ਦਿੜਬੇ ਵਾਲੇ ਖੁਸ਼ੀ ਦਾ ਨਾਂ ਉਵੇਂ 75 ਕਿਲੋ ਭਾਰ ਵਰਗ ਦੇ ਵਿੱਚ ਜਿਹੜਾ ਮੇਜਰ ਮਿਰਗ ਦੇ ਵੀ ਦੁਨੀਆ ਜਿਹੜੀ ਫੈਨ ਹੈ ਨਾਲ ਹੀ ਕਹਿੰਦੇ 2017 ਦੇ ਕਬੱਡੀ ਕੱਪ ਤੇ ਪਿਆਰੇ ਬੀਲੇ ਵਾਲੇ ਦਾ ਜਿਹੜਾ ਮਾਨ ਸਨਮਾਨ ਸਨੀ ਆਸਟ੍ਰੇਲੀਆ ਸਰਬੀ ਸਿੱਧੂ ਜਿਹਨੂੰ ਰੰਧਾਵਾ ਰਿੰਕੂ ਬੀਲਾ ਮਿੰਟੂ ਸਰਪੰਚ ਉਹਨਾਂ ਨੇ ਬੁਲਟ ਮੋਟਰਸਾਈਕਲ ਦੇ ਨਾਲ ਕਰਨਾ 2017 ਦੇ ਵਿੱਚ 9-11 ਜਿੰਨਾ ਨੇ ਤੇਰਾ ਖਰਚਾ ਕੱਲੀ ਦਾ ਕਹਿੰਦੇ ਵੀ ਬੈਸਟ ਰੇਡਰ ਦੇ ਜਾਫੀ ਨੂੰ ਦਿੱਤੇ ਜਾਣੇ ਹੈ ਲੈ ਉਸ ਵੇਲੇ 75 ਕਿਲੋ ਭਾਰ ਦਾ ਮੇਰੇ ਵੀਰੋ ਫਾਈਨਲ ਜਿਹੜਾ ਸ਼ੁਰੂ ਹੋਣ ਲੱਗੇ ਉਧਰਲੇ ਪਾਸੇ ਝਨੇਰ ਦਾ ਮੁਕਾਬਲਾ ਜਿਹੜਾ ਝਨੇਰ ਦਾ ਮੁਕਾਬਲਾ ਰਾਏਕੋਟ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਔਰ ਇੱਕ ਪਾਸੇ ਝਨੇਰ ਔਰ ਦੂਸਰੇ ਪਾਸੇ ਰਾਏਕੋਟ ਇਹਨਾਂ ਦਾ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਕਬੱਡੀ 75 ਕਿਲੋ ਵਰਗ ਦਾ ਖੇੜਾ ਅੰਤਰਰਾਸ਼ਟਰੀ ਕਬੱਡੀ ਕੋਚ ਹਰੀਸ਼ ਖੇੜਾ ਜੀ ਉਹ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਰਾਏਕੋਟ ਦੀ ਟੀਮ ਮੇਰੇ ਵੀਰੋ ਸਟੇਜ ਦੇ ਇਧਰਲੇ ਪਾਸੇ ਹੈ ਤੇ ਦੂਜੇ ਪਾਸੇ ਬਹੁਤ ਹੀ ਸਤਿਕਾਰ ਦੇ ਯੋਗ ਆ ਵੱਡਾ ਵੀਰ ਕਮਿੱਕਰ ਔਗਰ ਜੀ ਸੁਖਾ ਘੁੱਗਸ਼ੁਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਮਿੱਕਰ ਔਗਰ ਜੀ ਆਪਣਾ ਜਿਹੜਾ ਮਾਣ ਸਨਮਾਨ ਪ੍ਰਾਪਤ ਕਰਨ ਹਰੀਸ਼ ਖੇੜਾ ਜੀ ਲੁਧਿਆਣੇ ਵਾਲੇ ਹਰੀਸ਼ ਖੇੜਾ ਜੀ ਅੰਤਰਰਾਸ਼ਟਰੀ ਕਬੱਡੀ ਕੋਚ ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਹਰੀਸ਼ ਖੇੜਾ ਜੀ ਲੁਧਿਆਣਾ ਬਹੁਤ ਸੋਹਣੇ ਲਾ ਇਧਰਲੇ ਪਾਸੇ ਆ ਨਾਉਨ ਹਮੀਦੀ ਪਿੰਡ ਦਾ ਵੀਰਿਓ ਜਿੱਥੋਂ ਦਾ ਦਵਿੰਦਰ ਸਿੰਘ ਕਾਲਾ ਹਮੀਦੀ ਵਾਲਾ ਕਹਿੰਦੇ ਕਾਬਲ ਗਿੱਲ ਮਾਣੂਕਿਆਂ ਵਾਲੇ ਦੇ ਸੱਦੇ ਤੇ ਉਹ ਵੀ ਅਮਰੀਕਾ ਦੇ ਵਿੱਚ ਜਾ ਵਸੇ ਹੈ ਉਸ ਪਿੰਡ ਦਾ ਇਹ ਨਾਉਨ ਹਮੀਦੀ ਵਾਲਾ ਮੇਰੇ ਵੀਰਿਓ ਸੇਵਕ ਸਿੰਘ ਪਾ ਕੇ ਕਬੱਡੀ ਵਾਪਸ ਪਰਤਦਾ ਹੋਇਆ ਆ ਨਾਉਨ ਦਾ ਨਾਂ ਕਾਲੂ ਹੈ ਮੇਰੇ ਵੀਰਿਓ ਰਾਏਕੋਟ ਪਿੰਡ ਹੈ ਜਿੱਥੋਂ ਦੇ ਹੈਪੀ ਹੋਰਾਂ ਦੇ ਇੰਨੇ ਹੋਰਾਂ ਦੇ ਚਰਚੇ ਹੈ ਜਿੱਥੋਂ ਦੇ ਬੂਟੇ ਛਾਪੇ ਹੋਰਾਂ ਨੇ ਕਬੱਡੀ ਕੱਪ ਕਰਾ ਕੇ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਤੀ ਮੇਰੇ ਵੀਰਿਓ ਇਹ ਨਾਉਨ ਰਾਏਕੋਟ ਦਾ ਕਾਲੂ ਇਸ ਵੇਲੇ ਆਪਣੀ ਟੀਮ ਦੇ ਲਈ 1 ਅੰਕ ਦਾ ਵਾਧਾ ਕਰਦਾ ਹੋਇਆ ਆ ਖਿਡਾਰੀ ਦਾ ਨਾਂ ਜਿਹੜਾ ਮੇਰੇ ਵੀਰਿਓ ਸੇਵਕ ਹੈ ਪੱਕਾ ਨਾਂ ਗੁਰਸੇਵਕ ਸਿੰਘ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਸੇਵਕ ਦੇ ਨਾਂ ਨਾਲ ਬੜਾ ਮਸ਼ਹੂਰ ਹੋ ਗਿਆ ਦਵਿੰਦਰ ਸਿੰਘ ਕਾਲੇ ਹਮੀਦੀ ਵਾਲੇ ਦਾ ਪੇਂਡੂ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਨਾਲ ਹੀ ਬੇਨਤੀ ਹੈ ਕੌਂਕੇ ਵਰਸੀ ਚ ਬਰੜਵਾਲ ਦੀਆਂ ਟੀਮਾਂ ਜਿਹੜੀਆਂ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜ ਜਾਣਗੇ ਦੂਜੇ ਪਾਸੇ ਰਾਏਕੋਟੀਆ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਕਮਿੱਕਰ ਔਗੜ ਜੀ ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਹਾਂਜੀ ਪਾਲਾ ਤੇ ਜੰਟਾ ਮੌੜ ਨਾ ਪੇ ਵਾਲੇ ਉਹਨਾਂ ਦਾ ਜਿਹੜਾ ਮਾਣ ਸਨਮਾਨ ਹੋਵੇਗਾ ਉਹ ਵੀ ਜਿਹੜੇ ਅੱਗੇ ਪ੍ਰਾਪਤ ਕਰਨ ਕਮਿੱਕਰ ਔਗੜ ਜੀ ਖੇਡ ਕਬੱਡੀ ਜਗਤ ਦੇ ਬਹੁਤ ਵਧੀਆ ਸਤਿਕਾਰ ਦੇ ਯੋਗ ਸ਼ਖਸੀਅਤ ਉਹਨਾਂ ਦਾ ਮਾਣ ਸਨਮਾਨ ਹੋਇਆ ਕਰਨ ਜੋਧਾ ਜਿਹੜੇ ਪੀਰਾ ਬੱਦੋਵਾਲ ਕਰਨ ਜੋਧਾ ਪੀਰਾ ਬੱਦੋਵਾਲ ਬਾਲ ਸੁਣੇ ਲਾ ਇਧਰਲੇ ਪਾਸੇ ਰੇਸ਼ਮ ਦੀ ਕਬੱਡੀ ਆ ਹੱਥਾਂ ਦਾ ਕਬੱਡੀ ਕੱਪ ਹੈ ਉਹ ਵੀ ਵੀਰ ਸਦੇ ਦੇ ਰਹੇ ਹੈ ਇੱਕ ਮਿੰਟ ਜੀ ਕਰਨ ਯੋਧਾ ਤੇ ਪੀਰਾ ਬੱਦੋਵਾਲ ਬੱਦੋਵਾਲ ਦੇ ਕਬੱਡੀ ਕੱਪ ਦੇ 17 ਫਰਵਰੀ ਨੂੰ ਪਹਿਲਾਂ ਖੁੱਲੇ ਸੱਦੇ ਦੇ ਰਹੇ ਨੇ ਔਰ ਡਿਕਲੇਅਰ ਕਰਦੇ ਨੇ ਧੰਨਵਾਦ ਕਰਦੇ ਬਾਈ ਜੀ ਦਾ ਕਰਨ ਯੋਧਾ ਰਾਣਾ ਜੀ ਔਰ ਜਿੱਥੇ ਬੀਰਾ ਬੱਦੋਵਾਲ ਜੀ ਉਹਨਾਂ ਦਾ ਧੰਨਵਾਦ ਹੈ ਸਭੀ ਕੁੱਸੇ ਵਾਲਾ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਸੋ ਹਿੰਦਰੀ ਤੇ ਸਭੀ ਦੀ ਜੋੜੀ ਬੜੀ ਮਸ਼ਹੂਰ ਤੇ ਮਕਬੂਲ ਸੀ ਹਰਜੀਤ ਫਰੈਂਚ ਕਬੱਡੀ ਕਲੱਬ ਪੱਤੋ ਹੀਰਾ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਇੰਗਲੈਂਡ ਦੀ ਧਰਤੀ ਦੇ ਰਹਿਣ ਬਸੇਰੇ ਪਰ ਪੰਜਾਬ ਪੁੱਜਿਆ ਹੋਇਆ ਉਹਦਾ ਵੀ ਇੱਥੇ ਪੁੱਜਣ ਤੇ ਧੰਨਵਾਦ ਕਰਦੇ ਹਾਂ ਸਾਡਾ ਬੀਰਾ ਬੱਦੋਵਾਲ ਕਰਨ ਜੋਧਾ ਬੀਰਾ ਬੱਦੋਵਾਲ ਰਾਣਾ ਬੱਦੋਵਾਲ ਸਤਿਕਾਰ ਦੇ ਯੋਗ ਸ਼ਖਸੀਅਤਾਂ ਹੈ ਬਿੱਟੂ ਬਹੁਤ ਹੀ ਸਤਿਕਾਰ ਦੇ ਯੋਗ ਬੀਰਾ ਬੱਦੋਵਾਲੀਆ ਉਹਦੇ ਨਾਲ ਕਰਨ ਯੋਧਾ ਤੇ ਰਾਣਾ ਜੀ ਇਹਨਾਂ ਦਾ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸੋ ਧੰਨਵਾਦ ਕਰਦੇ ਹੈ ਧੰਨਵਾਦ ਕਰਦੇ ਹਾਂ ਹਾਂਜੀ ਮਨਦੀਪ ਸਿੰਘ ਜੀ ਗੋਲਾ ਉਹਨਾਂ ਵੱਲੋਂ 3100 ਰੁਪਈਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਆਈ ਆ ਤਾਂ ਰਾਣਾ ਯੋਧਾ ਉਹਦਾ ਮਾਣ ਸਨਮਾਨ ਕਰਨ ਯੋਧਾ ਉਹਦਾ ਮਾਣ ਸਨਮਾਨ ਉਹਨਾਂ ਵੱਲੋਂ 3100 ਰੁਪਈਆ ਟੂਰਨਾਮੈਂਟ ਸਾਡੇ ਬਹੁਤ ਹੀ ਧੰਨਵਾਦ ਜੀ ਸਪੋਰਟਸ ਕਲੱਬ ਦੇ ਵੱਲੋਂ ਬਾਈ ਕਿਰਨਦੀਪ ਮਿੰਟੂ ਸਰਪੰਚ ਹੋਰਾਂ ਦੇ ਵੱਲੋਂ ਜਿੱਥੇ ਕਰਨ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਧੰਨਵਾਦ ਹੈ ਰਾਣਾ ਬੱਦੋਵਾਲ
ਆਹ ਸੁਣਿਆ ਮੇਜਰ ਮਿਰਗ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ ਕਹਿੰਦੇ ਪਾਸਪੋਰਟ ਦੇ ਨਾਮ ਮੇਜਰ ਸਿੰਘ ਹੈ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਉਧਰ ਮਿਰਗ ਦੇ ਨਾਲ ਜਾਂਦੇ ਸਜਾ ਫਿਰ ਭਾਈ ਸਾਹਿਬ ਹੈ ਕਰਨ ਯੋਧਾ ਦਾ ਮਾਨ ਸਨਮਾਨ ਨਾਲ ਰਾਣਾ ਬਤੋਵਾਲ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਵਰਸੀ ਜੀ ਬਰੜਵਾਲ ਦੀਆਂ ਟੀਮਾਂ ਕਿਰਪਾ ਕਰਕੇ ਤਿਆਰੀ ਰੱਖਣਗੀਆਂ ਉਸ ਤੋਂ ਬਾਅਦ ਕੋਲੜੀ ਛਾਪਾ ਵਰਸੀ ਧਾਲੀਵਾਲ ਵੇਚ ਕਬੱਡੀ 365.com ਦੇ ਨਾਲ ਜਿੰਨੇ ਵੀਰ ਜੁੜੇ ਬੈਠੇ ਹੈ ਭਾਵੇਂ ਵਿਦੇਸ਼ਾਂ ਦੇ ਵਿੱਚ ਭਾਵੇਂ ਮੇਰੇ ਵੀਰ ਪੰਜਾਬ ਦੇ ਭਾਵੇਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਹੋਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਵੇਲੇ ਲੱਡੂ ਰਾਏਕੋਟ ਵਾਲਾ ਕੋਸ਼ਿਸ਼ ਕਰਦਾ ਅਗਲੀ ਕਬੱਡੀ ਆ ਮੇਰੇ ਵੀਰਿਓ ਖੇਡ ਮੈਦਾਨ ਦੇ ਵਿੱਚ ਰਾਏਕੋਟ ਜਾਂ ਰੇਸ਼ਮ ਪਾਉਂਦਾ ਹੋਇਆ ਇੱਕ ਪਾਸੇ ਨੌਜਵਾਨ ਝਨੇਰ ਵਾਲਾ ਦਿਲਵਰ ਦਾ ਪੇਂਡੂ ਹੈ ਜਿਸ ਧਰਤੀ ਨੇ ਦੁਨੀਆਂ ਦੇ ਮਹਾਰਥੀ ਪੈਦਾ ਕੀਤੇ ਹੈ ਉਸ ਪਿੰਡ ਦਾ ਮੇਜਰ ਮਿਰਗ ਮੇਰੇ ਵੀਰਿਓ ਕੋਸ਼ਿਸ਼ ਕਰਦਾ ਹੋਇਆ ਵਾਕਈ ਕਹਿੰਦੇ ਨੇ ਹਮੀਦੀ ਵਾਲੇ ਗੁਰਸੇਵਕ ਸਿੰਘ ਦੀ ਅਗਲੀ ਕਬੱਡੀ ਲੋਹੇ ਉੱਤੇ ਲੀਕ ਵਰਗੀ ਹੈ ਰਾਏਕੋਟ ਦੇ ਲਈ ਕਾਲੂ ਪਮਾਲ ਵਾਲਾ ਕੌਡੀਆਂ ਪਾਉਂਦਾ ਹੈ ਉਧਰਲੇ ਪਾਸੇ ਹਮੀਦੀ ਵਾਲਾ ਗੁਰਸੇਵਕ ਸਿੰਘ ਕੌਡੀ ਪਾਉਣ ਦੇ ਲਈ ਰਾਏਕੋਟ ਸ਼ਹਿਰ ਦੇ ਵਿਹੜੇ ਦੇ ਵਿੱਚ ਧੂੜਾ ਪੱਟਦਾ ਹੋਇਆ ਮੈਦਾਨ ਦੇ ਵਿੱਚ ਰਾਏਕੋਟ ਦੀ ਕਹਿੰਦੇ ਨੇ ਕਿ ਕਮਾਲ ਦੀ ਕੌਡੀ ਹਰਵਿੰਦਰ ਰਾਏਕੋਟੀਆ ਬਹੁਤ ਵਧੀਆ ਜਾਫੀ ਪਰ ਆਹ ਅੰਕ ਜਿਹੜਾ ਹਮੀਦੀ ਦੇ ਖਾਤੇ ਨਹੀਂ ਝਨੇਰ ਦੇ ਖਾਤੇ ਹੈ ਹਮੀਦੀ ਵਾਲਾ ਗੁਰਸੇਵਕ ਅੱਜ ਪੁੱਤ ਬਣ ਕੇ ਝਨੇਰ ਦਾ ਖੇਡਦਾ ਹੋਇਆ ਕਾਲੂ ਦਾ ਪਮਾਲ ਪਿੰਡਾ ਹੈ ਪਮਾਲ ਗੋਲੂ ਔਰਾਂ ਦਾ ਪਿੰਡ ਹੈ ਪਰ ਰੇਸ਼ਮ ਕਬੱਡੀ ਪਾਵੇਗਾ ਰੇਸ਼ਮ ਇੱਕ ਜਾਮਾ ਰਾਜ ਦੀ ਧਰਤੀ ਦਾ ਇੱਕ ਇੰਦਗੜ੍ਹ ਦਾ ਮਹਿਰੂਮ ਕਬੱਡੀ ਖਿਡਾਰੀ ਪਰ ਆਹ ਰੇਸ਼ਮ ਇਹਦਾ ਰਾਏਕੋਟ ਲੁਧਿਆਣਾ ਜ਼ਿਲ੍ਹਾ ਜਿਵੇਂ ਕਹਿੰਦੇ ਨੇ ਲੁਧਿਆਣਾ ਜ਼ਿਲ੍ਹਾ ਮੇਰਾ ਕਿਉਂਕਿ ਇਹ ਟਿਕਾਣਾ ਮੇਰਾ ਹੋਵੇਗੀ ਤੂੰ ਚੰਡੀਗੜ੍ਹ ਪੜ੍ਹਦੀ ਲੁਧਿਆਣਾ ਜ਼ਿਲ੍ਹਾ ਮੇਰਾ ਕਿਉਂਕਿ ਇਹ ਟਿਕਾਣਾ ਮੇਰਾ ਕਿਰਪਾ ਕਰਕੇ ਥੱਲੇ ਹੋ ਜਾਣ ਹੁਣ ਤਾਂ ਬਹੁਤ ਸੀਟ ਜੀ ਹੋ ਗਈ ਥੋੜ੍ਹੀ ਜੀ ਅੱਗੇ ਨਾਲੋਂ ਥੋੜ੍ਹਾ ਜਿਹਾ ਘੱਟ ਘਾਟ ਗਿਆ ਸੀਟ ਹੋ ਗਈ ਥੱਲੇ ਹੋ ਜਾਓ ਬਸ ਸੁਣੇ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਅਗਲੀ ਕਬੱਡੀ ਜੀਣਾ ਉਹਨਾਂ ਦਾ ਨਰਕ ਸਮਾਨ ਯਾਰੋ ਗੱਲ ਜੋ ਪੌੜੀਆਂ 'ਚ ਸਾਈਡ 'ਤੇ ਵੀਰਾਂ ਨੂੰ ਵੇਚਦੇ ਜਿਹੜੇ ਵੀ ਵੀਰ ਖੜੇ ਨੇ ਪੌੜੀਆਂ 'ਚ ਇੱਧਰ ਉਧਰਲੇ ਪਾਸੇ ਹਰਪ੍ਰੀਤ ਸੰਧੂ ਧੂਰਾ ਸਵਰਨ ਸੰਧੂ ਧੂਰਾ ਇਹ ਬਿਲਕੁਲ ਤਿਆਰ ਰਹਿਣ ਸੰਧੂ ਬ੍ਰਦਰਜ਼ ਦੇ ਨਾਲ ਮਸ਼ਹੂਰ ਨੇ ਔਰ ਇਹਨਾਂ ਦਾ ਜਿਹੜਾ ਅਗਲੀਆਂ ਸੇਵਾਵਾਂ ਇਹਨਾਂ ਦੀਆਂ ਹੋਣਗੀਆਂ ਸਾਡੇ ਵਾਡੇ ਵੀਰਾਂ ਦੀਆਂ ਇੱਧਰਲੇ ਪਾਸੇ ਪਮਾਲ ਵਾਲਾ ਕਾਲੂ ਕਹਿੰਦੇ ਨੇ ਗੋਲੂ ਪਮਾਲ ਲੁਧਿਆਣੇ ਜ਼ਿਲ੍ਹੇ ਦੇ ਰਾਏਕੋਟ ਦੇ ਲਾਗੇ ਪਿੰਡ ਹੈ ਸਰਾਉਜੁਨ ਦਾ ਗੋਲੂ ਪਮਾਲ ਦੇ ਪਿੰਡ ਦਾ ਖਿਡਾਰੀ ਆ ਪਮਾਲ ਵਾਲਾ ਕਾਲੂ ਕੌਡੀ ਦੇ ਮੈਦਾਨ ਦਾ ਸੁਪਰ ਖਿਡਾਰੀ ਕੌਡੀ ਪਾ ਕੇ ਨੱਚਦਾ ਹੋਇਆ ਜਿਵੇਂ ਕਹਿੰਦੇ ਨੇ ਖੇਡ ਖੇਡਾਂ ਵਿੱਚੋਂ ਬੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਪੂਰਾ ਲਾ ਕੇ ਤਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਦੇ ਮੈਦਾਨ ਦੀ ਗੱਲ ਅਗਲੀ ਕੌਡੀ ਪਾਉਣ ਦੇ ਲਈ ਛੋਟੇ ਛੋਟੇ ਕਦਮਾਂ ਦੇ ਨਾਲ ਹਲਕੇ ਹਲਕੇ ਕਦਮਾਂ ਦੇ ਨਾਲ ਵਿਹੜੇ ਦੇ ਵਿੱਚ ਧੂੜਾ ਪੱਟਦਾ ਹੋਇਆ ਝਨੇਰ ਦੇ ਲਈ ਚੱਲ ਉਹ ਨੌਜਵਾਨ ਇੱਕ ਪਾਸੇ ਰਾਏਕੋਟ ਦੇ ਜਿਹੜੇ ਚਾਰ ਜਾਫੀ ਨੇ ਔਰ ਚਾਰਾਂ ਦੇ ਵਿੱਚੋਂ ਟੁੱਟ ਕੇ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਕਾਮਯਾਬੀ ਮਿਲਦੀ ਹੈ ਯਾਰੀ ਇਹ ਸਮਾਂ ਦੱਸੇਗਾ ਜਾਫੀ ਨੇ ਪੂਰੀ ਕੋਸ਼ਿਸ਼ ਕੀਤੀ ਔਰ ਕਾਮਯਾਬੀ ਮੇਰਾ ਖਿਆਲ ਹੈ ਵੀ ਜਾਫੀ ਦੇ ਸਫਲਤਾ ਦੇ ਕਦਮ ਚੁੰਮਦੀ ਹੋਈ ਸਵਾਦ ਵਾਲਾ ਲੱਗਦਾ ਹੋਇਆ ਸਿੱਧੂ ਕਰਾਲੀ ਪ੍ਰਿਤਪਾਲ ਬਹਿਰੇਨ ਜੀ ਉਹਨਾਂ ਨਾਲ ਸਨਮਾਨ ਹੋ ਰਿਹਾ ਜਿਨ੍ਹਾਂ ਨੇ ਨਿਜ਼ਾਮਪੁਰੀ ਅਤੇਜ ਨੂੰ 11,000 ਦਿੱਤਾ ਹੈ ਸਿੱਧੂ ਕਰਾਲੀ ਤੋਂ ਟੂਰਨਾਮੈਂਟ ਕਮੇਟੀ ਦੇ ਲਈ 500 ਰੁਪਈਏ ਦੇ ਮਾਨ ਸਨਮਾਨ ਭੇਜ ਰਹੇ ਹੈ ਬਹੁਤ ਬਹੁਤ ਧੰਨਵਾਦ ਨਾਲ ਬੇਨਤੀ ਹੈ ਸਿੱਧੂ ਬ੍ਰਦਰਜ਼ ਕਿਰਪਾ ਕਰਕੇ ਉਹ ਵੀ ਆਪਣੀਆਂ ਸੇਵਾਵਾਂ ਦੇ ਲਈ ਆਉਣਗੇ ਹੈਲੋ ਜਿਹੜੇ ਭਈਏ ਮੈਚ ਦੇ ਵਿੱਚੋਂ ਹੈਲੋ 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 ਸਾਈਕਲ ਰਹੀ ਹੈ ਜੀ ਝਨੇਰ ਦੀ ਟੀਮ ਤੇ ਰਾਏਕੋਟ 9.5 ਫਸਟ ਹੈ 7 ਪੁਆਇੰਟ ਝਨੇਰ ਦੇ ਤੇ 9.5 ਰਾਏਕੋਟ ਦੇ ਰਾਏਕੋਟ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਝਨੇਰ ਬੈਸਟ ਰੇਡਰ ਤੇ ਜਾਫੀ 22 ਡਿਕਲੇਅਰ ਕਰਨਗੇ ਬੈਸਟ ਰੇਡਰ ਤੇ ਜਾਫੀ ਨੂੰ ਸੋਨੀ ਸਕੂ ਉਹਦੀ ਯਾਦ ਵਿੱਚ ਉਹਦੇ ਯਾਰਾਂ ਦੋਸਤਾਂ ਵੱਲੋਂ 51,5100 ਰੁਪਈਆ ਬੈਸਟ ਰੇਡਰ ਜਾਫੀ ਨੂੰ ਦਿੱਤਾ ਜਾਣਾ ਗੱਗੀ ਦੱਸਿਓ ਕਿਹੜਾ ਚੱਕਿਆ ਕਿਹੜਾ ਰੇਡਰ ਬੈਸਟ ਆ ਤੇ ਕਿਹੜਾ ਜਾਫੀ ਬੈਸਟ ਹੈਲੋ ਮਾਈਕ ਚੈੱਕ ਹੈਲੋ ਸਭ ਤੋਂ ਪਹਿਲਾਂ ਰੰਗਲੇ ਪੰਜਾਬ ਦੀਆਂ ਸਰਦਾਰੀਆਂ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਦੂਜਾ ਰਾਊਂਡ 7.5-8 ਫੇਰ ਹੀ ਨਿਬੜੂ ਕੰਮ ਮਿੱਤਰੋ 7.5-8 ਤੁਸੀਂ ਉਹਦਾ ਰੇਟ ਵਧਾ ਕੇ ਦੇਖ ਰਿਹਾ ਸੀ ਮੈਂ ਦੂਜਾ ਰਾਊਂਡ 7.5-8 ਮਾਸਟਰ ਜੀ ਨੋਟ ਕਰਿਓ ਆਹ ਬੈਟ ਰੇਡਰ ਆ ਜਿਹੜਾ ਰਾਏਕੋਟ ਦੇ ਵਿੱਚ ਰੇਸ਼ਮ ਮੁੰਡਾ ਖੇਡਦਾ ਸੀ ਉਹ ਬੈਟ ਰੇਡਰ ਆ ਜਿਹੜਾ 75 ਕਿਲੋ ਦੇ ਵਿੱਚ ਉਹਦੀਆਂ 5 ਕੌਡੀਆਂ ਤੇ 5 ਨੰਬਰ ਨੇ ਮੁੰਡੇ ਦੇ ਤੇ ਬੈਟ ਯਾਫੀ ਜਿਹੜਾ ਗੱਗੂ ਜਿਹੜਾ ਰਾਏਕੋਟੀਆ ਬੈਟ ਯਾਫੀ ਹੈ ਆਹ ਦੁਬਾਰੇ ਬੋਲਿਓ ਆਹ ਬੈਟ ਰੇਡਰ ਰੇਸ਼ਮ ਹੈ ਰਾਏਕੋਟੀਆ ਤੇ ਗੱਗੂ ਰਾਏਕੋਟੀਆ ਬੈਟ ਯਾਫੀ ਹੈ ਗੱਗੂ 75 ਕਿਲੋ ਦੇ ਵਿੱਚ ਯਾਫੀ ਆ ਬੈਸਟ ਤੇ ਰੇਸ਼ਮ ਬੈਸਟ ਰੇਡਰ ਆ ਰਾਏਕੋਟ ਦੇ ਦੋਨੇ ਸੱਜਣ ਧੰਨਵਾਦ ਜੀ ਇਹਨਾਂ ਦਾ
ਬਲਰਾਜ ਮੋਗਾ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਮੁਬਾਰਕਬਾਦ ਬਲਰਾਜ ਸਿੰਘ ਜੀ ਮੋਗਾ ਉਹਨਾਂ ਦਾ ਸਾਡੀ ਸਪੋਰਟਸ ਕਲੱਬ ਦੇ ਵੱਲੋਂ ਸਨਮਾਨ ਕੀਤਾ ਜਾ ਰਿਹਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਾਣੀ ਥੈਂਕ ਯੂ ਜੀ, ਪਾਣੀ ਗਰਾਊਂਡ ਦੇ ਵਿੱਚ ਲੈ ਆਓ ਜੀ। ਸੋ ਜਿਹੜੇ ਸੱਜਣਾਂ ਦੇ ਸਾਈਕਲ ਸਟੈਂਡ ਦੇ ਵਿੱਚ ਮੋਟਰਸਾਈਕਲ ਸਕੂਟਰ ਖੜੇ ਸੀ ਨਾ, ਸਾਈਕਲ ਖੜੇ ਸੀ, ਉਹ ਸਟੈਂਡ ਵਾਲਾ ਘਰ ਨੂੰ ਵਗ ਗਿਆ, ਕਹਿੰਦੇ ਆਪੋ ਆਪਣੇ ਸਾਈਕਲ ਜਿਹੜੇ ਮੋਟਰਸਾਈਕਲ ਚੈੱਕ ਕਰ ਲਓ। ਹਾਂਜੀ, ਤੁਸੀਂ ਦੁੱਗਾ ਵਾਲਾ ਸਾਡੇ ਚੇਅਰਮੈਨ ਬਾਈ ਕਿਰਨਜੀਤ ਮਿੰਟੂ ਜੀ ਮੇਰੇ ਵੀਰਿਓ, ਜਿਨ੍ਹਾਂ ਦਾ ਬ੍ਰਦਰ ਸਾਡਾ ਬਾਈ ਰਿੰਕੂ ਕਨੇਡਾ ਪਹੁੰਚ ਗਿਆ, ਕਿ ਜੱਟ ਕਨੇਡਾ ਪਹੁੰਚ ਗਿਆ ਹੁਣ ਕਿ ਉਹ ਚਿੱਠੀਆਂ ਬੈਰ ਨੇ ਪਾਉਂਦੀ। ਅੱਜ ਉਹਨਾਂ ਦੇ ਸੱਦੇ ਤੇ ਪੂਰੇ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਜਿਹੜੇ ਇਹ ਧਰਤੀ ਤੇ ਖੇਡਣ ਲਈ ਪੁੱਜੇ ਨੇ, ਸਾਡੇ ਬਾਈ ਧਰੂ ਦੌਦਰ ਤੇ ਲੈਂਬਰ ਸਿੱਧਮਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਵੱਡੇ ਉਦਮ ਸਦਕਾ ਦੁਨੀਆਂ ਦੇ ਸਟਾਰ ਖਿਡਾਰੀ ਭੇਜੇ ਹੈ। ਤੇ ਦਰਸ਼ਕ ਵੀਰਿਓ ਨੋਟ ਕਰਿਓ, ਸੜਕ ਵਾਲੇ ਪਾਸੇ ਟੀਮ ਜਿਹੜੀ ਬਾਟ ਬਾਲਦੀ ਹੈ ਤੇ ਦੂਜੇ ਪਾਸੇ ਕੌਂਕਿਆਂ ਦੀ ਟੀਮ ਹੈ। ਇਹ ਕਹਿੰਦੇ ਤਲੇਰ ਦੀ ਧਰਤੀ ਦਾ ਗੁਰੀ ਮੇਰੇ ਵੀਰਿਓ, ਤੇ ਵੇਖਾਂਗੇ ਪਰ ਆਂਕੜਾ ਗੁਰੀ ਤਲੇਰ ਵਾਲਾ ਪਹਿਲਾ ਡੇਢ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ। ਕਹਿੰਦੇ ਨੇ ਕੋਟ ਗੰਗੂ ਰਾਮਾਂ ਦੀ ਧਰਤੀ ਦਾ, ਸੋ ਇੱਧਰੋਂ ਕਹਿੰਦੇ ਖਿਡਾਰੀ ਕਹਿੰਦੇ ਨੇ ਜਿਹੜੇ ਗਰਾਊਂਡ ਦੇ ਵਿੱਚ ਹੈ ਉਹ ਵਾਧੂ ਬਾਹਰੇ ਹੋ ਜਾਓ, ਹੱਥ ਬੰਨ ਕੇ ਬੇਨਤੀ ਹੈ। ਕਹਿੰਦੇ ਨੇ ਸੋਨੂ ਕੋਟ ਤੁਹਾਡੇ ਸਾਹਮਣੇ ਮੇਰੇ ਵੀਰਿਓ, ਐਸ ਵਕਤ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ। ਲੈ ਵੀ ਕੌਂਕਿਆਂ ਬਾਰੇ ਅਮਨਾ, ਕੌਂਕਿਆਂ ਬਾਰੇ ਮੋਟੂਆ, ਦਰਸ਼ਕ ਕਹਿੰਦੇ ਨੇ ਠੰਡ ਜੀ ਚੜੀ ਪਈ ਹੈ, ਯੁੱਫਾ ਵੇਖਣਾ। ਇੱਧਰੋਂ ਸੋਨੂ ਕਹਿੰਦੇ ਕੋਟ ਗੰਗੂ ਰਾਮਾਂ ਦੀ ਧਰਤੀ ਦਾ, ਤੇ ਦੂਜੇ ਪਾਸੇ ਅਮਨ ਕੌਂਕਿਆਂ ਦੀ ਧਰਤੀ ਦਾ ਮੇਰੇ ਵੀਰਿਓ, ਪਰ ਅੰਕੜਾ ਬਾਲਡ ਬਾਲ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ। ਛਪਾਰ ਦੀ ਧਰਤੀ ਹੈ, ਨਾ ਇਹ ਮੁੰਡੇ ਦਾ ਨਾ ਝੋਟ, ਲੈ ਵੀ ਕਰਮੀ ਬਾਲਡ ਬਾਲ ਮਾਰਿਆ, ਪਰਲ ਵਰਲਡ ਕਬੱਡੀ ਕੱਪ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ, ਕੇਸ਼ੀਆ ਧੂਰੇ ਦੇ ਕਬੱਡੀ ਕੱਪ ਤੋਂ ਜੀਪ ਜਿੱਤੀ ਹੈ। ਇੱਧਰੋਂ ਕਹਿੰਦੇ ਨੇ ਕਰਮੀ ਬਾਲਡ ਬਾਲ ਦਾ, ਇੱਕ ਪਾਸੇ ਨਾਟ ਚੋਟ ਮੇਰੇ ਵੀਰਿਓ, ਪਰ ਅੰਕੜਾ ਨਾਟ ਚੋਟ ਛਪਾਰ ਵਾਲਾ ਕੌਂਕਿਆਂ ਦੀ ਟੀਮ ਦੇ ਲਈ ਜੋੜਦਾ ਹੋਇਆ। ਤੱਕ ਰਹੇ ਅੱਗੇ ਸਾਹਮਣੇ ਜੋਤ ਮੇਰੇ ਵੀਰਿਓ, ਪਿੰਡਰਾਂ ਦੀ ਧਰਤੀ ਦਾ ਕਬੱਡੀ ਪਾਉਣ ਦੀ ਤਿਆਰੀ ਕਰਦੇ। ਹੈਲੋ ਸੰਧੂ ਸਾਹਿਬ, ਇੱਧਰ ਸਾਡੇ ਸਰਦਾਰ ਕਿਰਨਜੀਤ ਸਿੰਘ ਜੀ ਮਿੰਟੂ ਆਖਦੇ ਕਿ ਸੰਦੀਪ ਕੋਲ ਦਾ ਸਨਮਾਨ ਕੀਤਾ ਜਾਣਾ, ਜਿਹਨਾਂ ਦਾ ਕਹਿੰਦੇ ਵੀ ਭਰਾਵਾਂ ਵਾਲਾ ਪਿਆਰ ਹੈ ਸਾਡੇ ਮਿੰਟੂ ਸਰਪੰਚ ਜੀ ਵੀਲੇਰਾਂ ਦੇ ਨਾਲ, ਯਾਰਾਂ ਦੀ ਯਾਰੀ ਹੈ, ਕਹਿੰਦੇ ਵੀ ਗੂੜੀ ਯਾਰੀ ਆ, ਫੱਟੇ ਚ ਗੱਡੇ ਕਿੱਲ ਵਰਗੀ ਯਾਰੀ ਆ ਬਾਈ ਸੰਦੀਪ ਕੋਟ ਦੀ, ਕਿਉਂਕਿ ਮਿੰਟੂ ਜੀ ਨਾਲ ਅੰਮ੍ਰਿਤ ਬੱਸੀਆਂ ਨਾਲ ਵੀ ਵੀਰ ਦਾ ਗੂੜਾ ਪਿਆਰ ਹੈ, ਅੰਮ੍ਰਿਤ ਬੱਸੀਆਂ ਵਾਲਾ ਸਾਡੀ ਜ਼ਿੰਦਗੀ ਦਾ ਮਾਣ ਮੇਰੇ ਵੀਰਿਓ। ਉਧਰੋਂ ਸੰਦੀਪ ਕਰੋੜ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ, ਇੱਧਰੋਂ ਜੋਤ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ, ਕੌਂਕਿਆਂ ਦੀ ਧਰਤੀ ਦਾ ਕਹਿੰਦੇ ਨੇ ਸਲੀਮ ਹੈ ਇੱਕ ਪਾਸੇ ਤੇ, ਦੂਜੇ ਪਾਸੇ ਜੋਤ ਭਿੰਡਰਾਂ ਦਾ ਪੈਰਾਂ ਚ ਭੁਚਾਲ ਰੱਖ ਕੇ ਕਬੱਡੀ ਪਾ ਗਏ ਹੈ, ਆ ਕੰਮ ਨੀ ਟੀਮ ਲਈ ਜੋੜਦਾ ਹੋਇਆ। ਤਲੇਰ ਦੀ ਧਰਤੀ ਦਾ ਸਾਡੇ ਬਿੱਲੇ ਹੋਣੀ ਬਾਈ ਦੇਵ ਹੋਣੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ, ਉਹਨਾਂ ਨੂੰ ਬੇਨਤੀ ਹੈ ਰੈਫਰੀ ਵੀਰਾਂ ਨੂੰ। ਸਾਡੇ ਤਰਸੇਮ ਸਿੰਘ ਜੀ ਪੱਤਰਕਾਰ ਤੇ ਗੁਰਮੀਤ ਸਿੰਘ ਜੀ ਮੋੜਕ, ਉਹ ਪੰਮਾ ਧੌਲੇ ਵਾਲਾ ਗੱਡੀ ਕੋਲੇ ਪਹੁੰਚ ਗਏ ਸਰਪੰਚ ਸਾਹਿਬ, ਉਹਨਾਂ ਨੇ ਜਿਹੜਾ ਸਨਮਾਨ ਕੀਤਾ ਜਾਣਾ, ਕਿਰਪਾ ਕਰਕੇ ਆਪਣੇ ਸਨਮਾਨ ਲੈ ਲੈਣ। ਤੇ ਅੱਜ ਕਹਿੰਦੇ ਵੀ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਕਬੱਡੀ ਜਗ ਦਾ ਉਸਤਾਰ ਖਿਡਾਰੀ ਅੱਜ ਜੋਤ ਭਿੰਡਰ ਜਿਹੜਾ ਵਰਲਡ ਵਾਲ ਦੀ ਟੀਮ ਦੇ ਲਈ ਖੇਡ ਰਿਹਾ ਹੈ, ਸਾਡੇ ਵੀਰ ਭਾਈ ਸਨੀ ਆਸਟ੍ਰੇਲੀਆ ਜੀ ਪੁੱਤਰ ਸਾਧੂ ਸਿੰਘ ਜੀ ਫੌਜੀ ਧਾਲੀਵਾਲ ਸਾਹਿਬ, ਜਿਨ੍ਹਾਂ ਨੇ ਕਹਿੰਦੇ 2017 ਦੇ ਵਿੱਚ ਵੀਲੇ ਦੇ ਕਬੱਡੀ ਕੱਪ ਤੇ ਮੋਟਰਸਾਈਕਲ ਦੇ ਨਾਲ ਸਨਮਾਨ ਦੇਣੇ ਆ ਜੋਤ ਭਿੰਡਰ ਨੂੰ, ਮੁਬਾਰਕਬਾਦ ਆ, ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਇਸ ਨਗਰ ਦੀ ਧਰਤੀ ਦਾ ਮਾਣ ਕਬੱਡੀ ਦਾ ਸਟਾਰ ਖਿਡਾਰੀ ਪਿਆਰਾ ਬੀਲੇ ਵਾਲਾ, ਜਿਹਦਾ ਕਹਿੰਦੇ ਵੀ 2017 ਦੇ ਵਿੱਚ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨ ਹੋਣਾ, ਸਾਡੇ ਵੀ ਸਨੀ ਆਸਟ੍ਰੇਲੀਆ ਆ ਜਿਹੜਾ ਵੱਖਰੀ ਗੱਲ ਕਰ ਗਿਆ। ਤੇ ਦੂਜੇ ਪਾਸੇ ਜੋਤ ਬਾਈ ਉਧਰੋਂ ਬੁਲਾ ਲਓ, 500 ਰੁਪਇਆ ਆ ਕਬੱਡੀ ਦੇ ਸਨੀ ਆਸਟ੍ਰੇਲੀਆ ਵੱਲੋਂ 500 ਰੁਪਇਆ ਜਿਹੜਾ ਕਬੱਡੀ ਤੇ ਲੱਗਿਆ ਹੋਇਆ ਹੈ। ਤੱਕਦਾ ਕਿ ਜੋਤ ਪਿੰਡਰਾਂ ਵਾਲਾ ਬਾਕਿਟ ਕਬੱਡੀ ਦੇ ਇੱਕ ਪਾਸੇ ਮੋਟੂ ਕੌਂਕਿਆਂ ਦਾ, ਬੱਲੇ ਬੱਲੇ ਹੋ ਗਈ ਮਿੱਤਰੋ, ਖੜਕਾ ਤੜਕਾ ਕੇ ਭੀੜੀ ਗਲੀ ਵਿੱਚ ਹੋ ਗਏ ਟਾਕਰੇ, ਖੜ ਗਿਆ ਬਾਹੋਂ ਫੜ ਕੇ ਭਾਜਾ ਓਏ ਮਿੱਤਰਾ, ਓਏ ਹੁਣ ਟਕੂਆ ਤੇ ਟਕੂਆ ਖੜ ਕੇ, ਇਹ ਹੈ ਜੋਤ ਮੇਰੇ ਵੀਰਿਓ ਪਿੰਡਰਾਂ ਦੀ ਧਰਤੀ ਦਾ। ਇੱਧਰ ਤਰਸੇਮ ਸਿੰਘ ਜੀ ਪੱਤਰਕਾਰ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ, ਸਨੀ ਆਸਟ੍ਰੇਲੀਆ ਵੱਲੋਂ ਜੋਤ ਦਾ ਬੀਲੇ ਦੇ ਇਸ ਕਬੱਡੀ ਕੱਪ ਤੇ ਅਗਲੇ ਸਾਲ ਬੁਲਟ ਨਾਲ ਸਨਮਾਨਿਤ ਕੀਤਾ ਜਾਣਾ ਹੈ। ਕਰਮਜੀਤ ਕਰਮੀ ਬਲਟ ਬਾਲ ਦੀ ਧਰਤੀ ਦਾ,
ਤੇ ਦੂਜੇ ਪਾਸੇ ਧਲੇਰ ਦੀ ਧਰਤੀ ਦਾ ਗੁਰੀ ਉਹ ਮੇਰੇ ਵੀਰਿਓ ਪਰ ਕਿਹੜਾ ਕਰਮਜੀਤ ਕਰਮੀ ਵਾਰਡ ਵਾਲੀ ਆ ਸਰਦਾਰ ਕੁਲਦੀਪ ਸਿੰਘ ਜੀ ਫੌਜੀ ਉਹਨਾਂ ਦਾ ਵੀ ਕਲੱਬ ਦੇ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਸਰਦਾਰ ਕੁਲਦੀਪ ਸਿੰਘ ਜੀ ਫੌਜੀ ਸਾਹਿਬ ਆਹ ਲਿਸਟ ਜਿਹੜੀ ਪਹਿਲੇ ਪੰਜ ਮੈਚਾਂ ਦੀ ਕਿਰਪਾ ਕਰਕੇ ਉਹ ਭੇਜ ਦਿੱਤੀ ਜਾਵੇ ਜਿੱਥੇ ਵੀ ਜਿਹਦੇ ਕੋਲ ਹੈਗੀ ਆ ਛੇਵੇਂ ਮੈਚ ਤੋਂ ਜਿਹੜੀ ਲਿਸਟ ਆ ਉਹ ਸਾਡੇ ਕੋਲ ਆ ਇਸ ਤੋਂ ਅਗਲਾ ਮੈਚ ਜਿਹੜਾ ਸਾਡੇ ਮਾਸਟਰ ਜੀ ਕਿਰਪਾ ਕਰਕੇ ਅਨਾਊਂਸ ਕਰ ਦੇਣਗੇ ਕਿਹੜਾ ਮੈਚ ਖੇਡਿਆ ਜਾਣਾ ਮਾਸਟਰ ਜੀ ਸਟੇਜ ਤੋਂ ਅਗਲਾ ਮੈਚ ਜਿਹੜਾ ਪਲੀਜ਼ ਅਨਾਊਂਸ ਕਰ ਦਿਓ ਸਾਡੇ ਕੋਲ ਲਿਸਟ ਨਹੀਂ ਆ ਸਿਕੰਦਰ ਨਰਮਾਣਾ ਰਾਏਕੋਟ ਵਾਲਾ ਸਟੇਜ ਕੋਲੇ ਪਹੁੰਚ ਜਦੋਂ ਕੇਸੀ ਪੰਡਤਾਂ ਦਾ ਮੁੰਡਾ ਧੂਰੇ ਦੇ ਕਬੱਡੀ ਕੱਪ ਦਾ ਜੀਪ ਜੇ ਤੂੰ ਮੇਰੇ ਵੀਰੋ ਯੋਫਾ ਲਾ ਗਏ ਹੈ ਹੈਲੋ ਹੈਲੋ ਲਿਸਟ ਥੱਲੇ ਪਹੁੰਚੀ ਹੋਈ ਹੈ ਸਾਰੀ ਸੈਕਿੰਡ ਰਾਊਂਡ ਦੀ ਟੋਟਲੀ ਲਿਸਟ ਪਹੁੰਚੀ ਹੋਈ ਹੈ ਦੂਸਰਾ ਮੈਚ ਕੋਲਡ ਛਾਪਾ ਤੇ ਧਾਲੀਵਾਲ ਬੇਟ ਤੇ ਉਧਰੋਂ ਮੇਰੇ ਵੀਰਿਓ ਸਰਦਾਰ ਕਿਰਨਜੀਤ ਸਿੰਘ ਜੀ ਮਿੰਟੂ ਸਾਹਿਬ ਵੇਖੋ ਅੱਜ ਤੁਹਾਡੇ ਕਬੱਡੀ ਕੱਪ ਦੇ ਦਰਖਤਾਂ ਨੂੰ ਵੀ ਬੰਦੇ ਲੱਗੇ ਹੋਏ ਹੈ ਇਧਰੋਂ ਸਲੀਮ ਇੱਕ ਪਾਸੇ ਸੋਨੂੰ ਕਹਿੰਦੇ ਕੋਟ ਗੰਗੂਰਾਵਾਂ ਦੀ ਧਰਤੀ ਦਾ ਤੇ ਦੂਜੇ ਪਾਸੇ ਸਲੀਮ ਮੇਰੇ ਵੀਰਿਓ ਅੰਕੜਾ ਕੌਂਕਿਆਂ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਲੈ ਵੀ ਕਰਮੀ ਕੇਸੀਆ ਇਧਰਲੀ ਪਾਰ ਤੁਹਾਡੇ ਭਾਈ ਨੂੰ ਜੱਫਾ ਲਾ ਗਿਆ ਕੋਟ ਗੰਗੂਰਾਵਾਂ ਦੇ ਸੋਨੂੰ ਨੂੰ ਸਲੀਮ ਨੇ ਜੱਫਾ ਲਾਤਾ ਇਹ ਤਲੇਰ ਦੀ ਧਰਤੀ ਦਾ ਗੁਰੀ ਕਹਿੰਦਾ ਪਿੰਡੇ ਨੂੰ ਮਿੱਟੀ ਨਹੀਂ ਲਵਾਉਣੀ ਬੱਟ ਬਲ ਬਾਲਿਓ ਜੇ ਜ਼ੋਰ ਹੈ ਤਾਂ ਫੜੋ ਮੁੰਡੇ ਨੂੰ ਤੁਹਾਡੇ ਸਾਹਮਣੇ ਗੁਰੀ ਤਲੇਰ ਵਾਲਾ ਕਬੱਡੀ ਪਾ ਰਿਹਾ ਬੱਬੂ ਮੱਧੂ ਨੂੰ ਸੁੱਖਾ ਭੰਡਾਲ ਜਿਹੜਾ ਬੁਲਾ ਰਿਹਾ ਇਧਰੋਂ ਤਲੇਰ ਦੀ ਧਰਤੀ ਦੇ ਗੁਰੀ ਨੇ ਭੰਗੜਾ ਪਾਇਆ ਆਹ ਕਬੱਡੀ ਟੀਮ ਨੇ ਜੋੜਿਆ ਆਹ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਕਲੀ ਪਾ ਦੇ ਜਿਹੜੇ ਬੱਚੇ ਲੈਣ ਤੇ ਬੈਠੇ ਆ ਕੋਈ ਸੱਜਣ ਲੈਣ ਤੇ ਬੈਠਿਆ ਕਿਰਪਾ ਕਰਕੇ ਪਿੱਛੇ ਹੋ ਜਾਓ ਹਾਂਜੀ ਇੱਧਰ ਸਾਡੇ ਵੀਰ ਸਨੀ ਆਸਟ੍ਰੇਲੀਆ ਸਾਡਾ ਵੀਰ ਸਨੀ ਆਸਟ੍ਰੇਲੀਆ ਆਖਦਾ ਕਿ ਜੋ ਭੁਪਿੰਦਰ ਜੇਕਰ ਪੁਆਇੰਟ ਲਵੇਗਾ 500 ਦੇ ਮਾਨ ਦਿੱਤੇ ਜਾਣੇ ਆ ਜਿਹਨਾਂ ਨੇ ਕਹਿੰਦੇ ਵੀ 2017 ਦੇ ਵਿੱਚ ਇਸੇ ਕਬੱਡੀ ਕੱਪ ਤੇ ਜੋ ਭੁਪਿੰਦਰ ਦਾ ਮੋਟਰਸਾਈਕਲ ਦੇ ਨਾਲ ਮਾਨ ਕਰਨਾ 500 ਦੇ ਮਾਨ ਸਾਡੇ ਵੀਰ ਸਨੀ ਆਸਟ੍ਰੇਲੀਆ ਲਾਈਵ ਤੱਕ ਰਹੇ ਹੈ ਤੇ ਇਧਰੋਂ ਤੱਕ ਰਿਹਾ ਕਿ ਮੇਰੇ ਵੀਰੋ ਸਾਡਾ ਬਈ ਰਿੰਕੂ ਬੀਲਾ ਕੈਨੇਡਾ ਦੀ ਧਰਤੀ ਤੇ ਬੈਠਾ ਤੱਕ ਰਿਹਾ ਹੈ ਕਰਮੀ ਬਲਟ ਮਾਰੀਆ 1100 ਰੁਪਿਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਯਾਰ ਧੰਨਵਾਦ ਜੀ ਬਹੁਤ ਬਹੁਤ ਤੇ ਤਲੇਰ ਦੀ ਧਰਤੀ ਦੇ ਗੁਰੀ ਦਾ ਬੋਲਿਆ ਹੋਇਆ ਤਾਵਾ ਕਹਿੰਦੇ ਕੋਟ ਗੰਗੂਰਾਵਾਂ ਦੀ ਧਰਤੀ ਦਾ ਤੁਹਾਡੇ ਸਾਹਮਣੇ ਸੋਨੂੰ ਮੇਰੇ ਵੀਰੋ ਸਾਹੀ ਦਾ ਗਰਾਈ ਹਾਂਜੀ ਗੁਰਦੀਪ ਸਿੰਘ ਜੀ ਬੀਲਾ ਖੁਰਦ IAHF ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ 1100 ਰੁਪਿਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਆਈ ਆ ਧੰਨਵਾਦ ਜੀ ਬਹੁਤ ਬਹੁਤ ਬਈ ਬਾ ਆਂਕੜਾ ਇਸ ਵਕਤ ਬਾਲਟ ਬਾਲ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੈ ਕਹਿੰਦੇ ਨੇ ਨਿਸ਼ਾਨ ਭੰਮੀਪੁਰਾ ਕਨੇਡਾ ਤੇ ਬਾਈ ਦਰਸ਼ਨ ਹਠੂਰ ਕਨੇਡਾ ਜਿਨ੍ਹਾਂ ਵੱਲੋਂ ਬੈਟਰੀ ਆਫੀ ਨੂੰ 9-11 ਦਿੱਤਾ ਜਾਣਾ ਤੇ ਚੇਅਰਮੈਨ ਸਾਡਾ ਬਈ ਕਿਰਨਜੀਤ ਮਿੰਟੂ ਤੇ ਬਾਈ ਮੇਜਰ ਭਲੂਰ ਕਨੇਡਾ ਉਹਨਾਂ ਵੱਲੋਂ ਬੈਟਰੇਡਰ ਨੂੰ ਜਿਹੜਾ ਮੋਟਰਸਾਈਕਲ ਦਿੱਤਾ ਜਾਣਾ ਮੇਰੇ ਵੀਰਿਓ ਤੇ ਨਾਲੇ ਸਾਡੇ ਬਾਈ ਜਿਵਿੰਦਰ ਸਿੰਘ ਕਾਕਾ ਕਲੱਬ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਵੀ ਲੱਖ ਲੱਖ ਮਾਰਕ ਹੈ 1000 ਰੁਪਇਆ ਸਨੀ ਉਧਰੋਂ ਜਿੱਤ ਗਈ ਜੀ ਸਨੀ ਤੁਹਾਡੀ ਟੀਮ ਜਿਹੜੀ ਜਿੱਤ ਗਈ ਹੈ ਬਲਟ ਬਾਲ ਦੀ ਟੀਮ ਇਹ ਮੁਕਾਬਲਾ ਜਿੱਤ ਚੁੱਕੀ ਹੈ ਮੇਰੇ ਵੀਰਿਓ ਇਸ ਮੁਕਾਬਲੇ ਦੇ ਵਿੱਚੋਂ ਬਲਟ ਬਾਲ ਦੀ ਟੀਮ ਜੇਤੂ ਰਹੀ ਹੈ ਤੇ ਨਾਲੇ ਸਾਡੇ ਸਤਿਕਾਰਯੋਗ ਕਬੱਡੀ ਪ੍ਰਮੋਟਰ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਕਨੇਡਾ ਬਾਈ ਰਿੰਕੂ ਬੀਲਾ ਰਣਧਾਵਾ ਕਨੇਡਾ ਕੇ ਜੱਟ ਕਨੇਡਾ ਪਹੁੰਚ ਗਏ ਹੁਣ ਕਿ ਉਹ ਚਿੱਟੀਆਂ ਬੈਰ ਨੇ ਪਾਉਂਦੀ ਸੰਦੀਪ ਗੁਰਨਾ ਯੂਐਸਏ ਆ ਜਿਹੜੇ ਅੰਦਰ ਜਾਲ ਤੋਂ ਖੜੇ ਆ ਪਲੀਜ਼ ਬਾਹਰ ਆ ਜਾਣ ਜਿਹੜੇ ਜਾਲ ਤੋਂ ਅੰਦਰ ਖੜੇ ਨੇ ਭਜਨ ਸਿੰਘ ਪਿੰਡ ਰੌਣੀ ਤੋਂ ਬਾਬਾ ਭਜਨ ਸਿੰਘ 60 ਸਾਲ ਦੀ ਉਮਰ ਆ ਕਹਿੰਦੇ ਇਹਨਾਂ ਦੀ 45 ਸਾਲ ਹੋ ਗਏ ਇਹਨਾਂ ਨੂੰ ਕਬੱਡੀ ਕੱਪ ਵੇਖਦਿਆਂ ਨੂੰ ਸਵਰਨਿਆ ਅਗਲਾ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਕੋਲਡ ਛਾਪਾ ਤੇ ਧਾਲੀਵਾਲ ਬੇਟ ਕੋਲਡ ਛਾਪਾ ਤੇ ਧਾਲੀਵਾਲ ਬੇਟ ਦੀਆਂ ਟੀਮਾਂ ਦੇ ਵਿਚਕਾਰ ਜਿਹੜਾ ਮਾਣੂ ਕੇ ਤੇ ਮੱਲੜੀ ਹਰਿਆਣਾ ਤੇ ਉਧਰੋਂ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਸਾਡੀ ਜ਼ਿੰਦਗੀ ਦਾ ਮਾਣ ਬਈ ਸੇਵਕ ਸਰਾਵਾਂ ਅੱਜ ਜੀ ਨੂੰ ਸੁਖਵੀਰ ਸਰਾਵਾਂ ਦੇ ਵੀਰ ਨੂੰ I20 ਗੱਡੀ ਦੇ ਨਾਲ ਸਨਮਾਨ ਦਿੱਤਾ ਜਾਣਾ ਸਾਡੇ ਸਤਿਕਾਰਯੋਗ ਬਈ ਅਨਿਕਾ ਯੂਐਸਏ ਸਾਡੇ ਬਈ ਮੋੜਾ ਜੋਤਾ ਯੂਐਸਏ ਸਾਰੇ ਸੱਜਣਾਂ ਨੂੰ ਜਿਹੜੇ ਜਾਲ ਤੋਂ ਅੰਦਰ ਖੜੇ ਨੇ ਸਾਰਿਆਂ ਨੂੰ ਬੇਨਤੀ ਆ ਵੀ ਬਾਹਰ ਆ ਜਾਓ ਪਲੀਜ਼ ਪਲੀਜ਼ ਸਟੇਜ ਤੋਂ ਕੁਛ ਨਹੀਂ ਦਿੰਦਾ ਕਿਸੇ ਨੂੰ ਸੌਰੀ ਜਿਹੜੇ ਜਾਲ ਤੋਂ ਅੰਦਰ ਖੜੇ ਨੇ ਉਹਨਾਂ ਨੂੰ ਬੇਨਤੀ ਆ ਵੀ ਬਾਹਰਲੇ ਪਾਸੇ ਆ ਜਾਓ ਜਾਲ ਤੋਂ
ਜਿਹੜੇ ਜੈਲ ਤੋਂ ਅੰਦਰ ਖੜੇ ਨੇ ਸੱਜਣ ਉਹਨਾਂ ਨੂੰ ਬੇਨਤੀ ਹੈ ਵੀ ਬਾਹਰ ਆ ਜਾਓ। ਆਸਟ੍ਰੇਲੀਆ ਵਾਲੇ ਵੀਰ ਜਿਹੜੇ ਜੋਤ ਦੇ ਪੈਸੇ ਬੁਲਾ ਰਹੇ ਸੀ ਕਿਰਪਾ ਕਰਕੇ ਰਿੰਕੂ ਨੂੰ ਮਿਲ ਲੈਣ। ਉਹ ਸਨੀ ਆਸਟ੍ਰੇਲੀਆ, ਸਨੀ ਆਸਟ੍ਰੇਲੀਆ ਲਾਈਵ ਤੱਕ ਰਿਹਾ ਸਾਡਾ ਵੀਰ ਉਹਨਾਂ ਦੇ ਵੱਲੋਂ ਆ। ਹੈਲੋ, ਕਿਰਪਾ ਕਰਕੇ ਜਿਹੜੇ 500 ਰੁਪਏ ਦੇ ਮਾਨ ਸਨਮਾਨ ਹੈ ਉਹ ਪੌਦੇ ਕੀਤੇ ਜਾਣ। 75 ਕਿਲੋ ਦੀਆਂ ਟੀਮਾਂ ਨੂੰ ਜਿਹੜੀਆਂ ਫਸਟ ਤੇ ਸੈਕੰਡ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਲੈ ਜਾਣ। ਰੈਕੋਟ ਤੇ ਚਨੇਰ, ਮਾਣੂ ਕੇ ਤੇ ਮਾਲੜੀ, ਇਹ ਟੀਮਾਂ ਨੇ ਜਿਹੜਾ ਅਗਲਾ ਮੈਚ ਖੇਡਿਆ ਜਾਣਾ। ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ। ਮਾਲੜੀ ਟੀਮਾਂ ਨੂੰ ਇਨਾਮ ਫਸਟ ਨੂੰ ਪਹਿਲੀ ਕਬੱਡੀ ਤੇ ਆ 200 ਰੁਪਿਆ ਕਰੋੜ ਛਾਪੇ ਦੀ ਟੀਮ ਜਿਹੜੀ ਸੜਕ ਵਾਲੇ ਪਾਸੇ ਆ ਤੇ ਦੂਜੇ ਪਾਸੇ ਤਾਲੀਬਾਲ ਬੈਠੀ ਨੇ। 75 ਕਿਲੋ ਵਾਲੇ ਆਓ ਫਸਟ ਵਾਲੇ। ਉਧਰ ਖੁਸ਼ੀ ਦੁੱਗਾਂ ਵਾਲਾ ਜਿੱਥੇ ਵੀ ਆਵਾਜ਼ ਸੁਣਦਾ ਹੈ ਕਿਰਪਾ ਕਰਕੇ ਸਨਮਾਨ ਲੈ ਜਾਵੇ ਖੁਸ਼ੀ ਦੁੱਗਾਂ ਵਾਲਾ। ਤੇਰੇ ਲਈ 1000 ਰੁਪਿਆ ਵਿਸ਼ੇਸ਼ ਤੌਰ ਤੇ ਸਾਡੇ ਆ 75 ਕਿਲੋ ਫਸਟ ਰੈਕੋਰਡ। ਆਓ ਜੀ ਆਓ, ਇਨਾਮਾਂ ਦੀ ਵੰਡ ਹੋ ਰਹੀ ਆ। ਜਗਰਾਜ ਸਿੰਘ ਜੀ USA ਨਾਲ, ਤਰਸੇਮ ਸਿੰਘ ਜੀ ਰੰਧਾਵਾ, ਸ਼ਮਸ਼ੇਰ ਸਿੰਘ ਜੀ ਬਿਹਲਾ ਸਾਹਿਬ, ਬਿੱਟੂ ਭੁੱਲਰ ਜੀ, ਬਿੱਟੂ ਭੁੱਲਰ ਜੀ ਬੇਨਤੀ ਆ ਵੀ ਆ ਜਾਓ ਨਾਲ। ਬਿੱਟੂ ਭੁੱਲਰ ਜੀ ਆਓ ਜੀ ਨਾਲ ਆ ਜਾਓ। ਸੈਕਿੰਡ ਇਨਾਮ ਵੀ ਦੇਣਾ। ਤੇ ਤੱਕਦੇ ਆ ਕਿ ਇੱਕ ਪਾਸੇ ਕਰੋੜ ਛਾਪੇ, ਸੈਕਿੰਡ ਚਨੇਰ ਇੱਕ ਪਾਸੇ ਕਹਿੰਦੇ ਤਾਲੀਬਾਲ ਬੇੜਦੀ ਧਰਤੀ ਦੇ ਗੋਰੇ ਦਾ ਲੱਗਦਾ ਹੋਇਆ ਯਫਾ। ਤੱਕਦੇ ਆ ਕਿ ਬਾਨਾ ਤਾਲੀਬਾਲ ਬੇੜਦੀ ਧਰਤੀ ਦਾ ਗੁੰਦਵੇਂ ਦੇ ਸਰੀਰ ਦਾ ਵਾਰਸ। ਉਧਰੋਂ ਫੜਾ ਦਿਓ ਜੀ, ਉੱਥੇ ਫੜਾਇਆ ਉਹ ਰੇਡਰ ਦੇ 200 ਰੁਪਈਆ। ਤੇ ਉਧਰੋਂ ਬਾਨਾ ਤਾਲੀਬਾਲ ਬੇੜਦਾ ਕਰੋੜ ਛਾਪੇ ਤੇ ਕਬੱਡੀ ਪਾ ਰਹੇ ਹੈ। ਤੱਕਦੇ ਆ ਕਿ ਸੰਦੀਪ ਕਰੋੜ ਦਾ ਕਮੈਂਟਰੀ ਦੇ ਵਿੱਚ ਨਾ ਹੈ। ਉਧਰੋਂ ਸੱਟ ਵੱਜੀ ਮੁੰਡੇ ਦੇ, ਸੱਟ ਵੱਜੀ ਛੱਡਦੇ ਪਰ ਆਂਕੜਾ ਯਾਫੀਆਂ ਦੇ ਕਬਜ਼ੇ ਦੇ ਵਿੱਚ ਥੋੜ੍ਹੀ ਸੱਟ ਵੱਜੀ ਹੈ ਬਾਨੇ ਦੇ। ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਛੇਤੀ ਗਰਾਊਂਡ ਦੇ ਵਿੱਚ ਆਓ ਜੀ, ਥੋੜ੍ਹੀ ਸੱਟ ਵੱਜ ਗਈ ਮੁੰਡੇ ਦੀ। ਅਗਲਾ ਮੈਚ ਮਾੜੂ ਕੇ ਵਰਸਦ ਮੱਲੜੀ ਹਰਿਆਣਾ, ਇਹ ਟੀਮਾਂ ਜਿਹੜੀਆਂ ਜਲਦੀ ਖੇਡ ਮੈਦਾਨ ਦੇ ਲਾਗੇ ਪਹੁੰਚਣਗੀਆਂ। ਮਾੜੂ ਕੇ ਤੇ ਮੱਲੜੀ ਹਰਿਆਣਾ, ਡਾਕਟਰ ਰੁਪਿੰਦਰ ਜੀ, ਮਾੜੂ ਕੇ ਤੇ ਮੱਲੜੀ ਹਰਿਆਣੇ ਦਾ ਅਗਲਾ ਮੈਚ ਖੇਡਿਆ ਜਾਣਾ ਹੈ। ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ। ਸਾਡੇ ਮੋਹਣਾ ਯੋਧਾ USA ਬਾਈ ਸੰਦੀਪ ਗੁਰਨਾ USA ਬਾਈ, ਅਰਜਿੰਦਰ ਢਿੱਲੋਂ ਕਨੇਡਾ, ਬਾਈ ਰਿੰਕੂ ਬੀਲਾ ਕਨੇਡਾ, ਬਾਈ ਜਲੰਧਰ ਸਿੱਧੂ ਕਾਕਾ ਬੀਲਾ, ਪ੍ਰਧਾਨ ਸਾਹਿਬ ਜਿਨ੍ਹਾਂ ਵੱਲੋਂ ਸੇਵਕ ਨੂੰ ਅੱਜ I20 ਗੱਡੀ ਮੇਰੇ ਵੀਰੋ ਆ ਸੁਖਵੀਰ ਸਰਾਵਾਂ ਦੇ ਵੀਰ ਨੂੰ ਦਿੱਤੀ ਜਾਣੀ ਹੈ। ਆ ਸੋਖਾ ਪੰਡਾਰ ਚੜਿੱਕ ਦੀ ਕਮੇਟੀ ਨੂੰ ਜਿਹੜਾ ਸਟੇਜ ਕੋਲੇ ਮਿਲ ਕੇ ਜਾਵੇ ਲੈ ਵੀ ਸੁੱਖਿਆ। ਦਰਸ਼ਕ ਕਹਿੰਦੇ ਨੇ ਕਿ ਜੱਫਾ ਤੇਰਾ ਵੇਖਣਾ। ਉਹ ਵੇਖੋ ਸੁੱਖਾ ਭੰਡਾਰ ਦੋਨਾਂ ਪਰ ਡਬਲ ਟੱਚ ਦੇ ਇਸ਼ਾਰੇ ਦਾ ਆਂਕੜਾ ਮੇਰੇ ਵੀਰੋ ਰੇਡਰ ਕਰੋੜ ਛਾਪੇ ਦੀ ਟੀਮ ਨੇ ਜੋੜਦਾ ਹੋਇਆ 500 ਰੁਪਇਆ ਚੜਿੱਕ ਦੇ। ਪ੍ਰਧਾਨ ਸਾਹਿਬ ਉਹਨਾਂ ਵੱਲੋਂ ਸੁੱਖੇ ਨੂੰ ਫੜਾ ਦਿਓ ਜੀ। ਸੁੱਖੇ ਭੰਡਾਰ ਦੋਨੇ ਦੇ ਲਈ 500 ਰੁਪਏ ਦਾ ਮਾਣ ਹੈ। ਤੱਕਦੇ ਅੱਗੇ ਸਾਹਮਣੇ ਧਾਰੀਵਾਲ ਬੇਟ ਵੱਲੋਂ ਪਾਈ ਹੋਈ ਕਬੱਡੀ ਹੈ ਤੇ ਦੂਜੇ ਪਾਸੇ ਕੀਪੇ ਦਾ ਫੈਸਲਾ ਹੈ ਕਿ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ। ਚਲੋ ਯੁਆਨਾ ਪਾਕਬੜੀ ਸੁੱਖਿਆ, ਚੜਿੱਕ ਦੀ ਕਮੇਟੀ ਨੇ 500 ਦਾ ਐਲਾਨ ਕੀਤਾ। ਉਧਰੋਂ ਦਰਸ਼ਕਾਂ ਦੀ ਮੰਗ ਹੈ ਕਿ ਠੰਡ ਜੀ ਚੜੀ ਜਾਂਦੀ ਹੈ, ਜੇ ਸੁੱਖਾ ਜੱਫਾ ਲਾਊ ਤਾਂ ਅੱਜ ਬੱਲੇ ਬੱਲੇ ਹੋ ਜੂ ਮੇਰੇ ਵੀਰਿਓ। ਪਰ ਆਂਕੜਾ ਕਰੋੜ ਛਾਪੇ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਏ ਮੇਰੇ ਵੀਰਿਓ, ਕਰੋੜ ਛਾਪੇ ਦੀ ਟੀਮ ਦੇ ਕਬਜ਼ੇ ਦੇ ਵਿੱਚ ਹੁੰਦਾ। ਮੈਂ ਪਹਿਲਾਂ ਵੀ ਆਖਿਆ ਕਿ ਵਧੀਆ ਬੁਲਾਰਾ ਸੰਦੀਪ ਕਰੋੜ ਵਾਲਾ, ਫੌਜੀ ਕਰੋੜ ਵਾਲਾ, ਕਨੇਡਾ ਦੀ ਧਰਤੀ ਦਾ ਪੱਕਾ ਵਸਨੀਕ ਹੋ ਗਿਆ। ਮਾਂ ਖੇਡ ਕਬੱਡੀ ਦਾ ਜਾਫੀ, ਉਹ ਧਰਤੀ ਦੇ 4 ਜਾਫੀ ਹੈ। ਇੱਧਰੋਂ ਤਾਲੀਬਾਲ ਬੇਟ ਦੀ ਧਰਤੀ ਦਾ ਬੱਬਰ ਸ਼ੇਰ, ਸਾਰਾ ਟੱਬਰ ਜੋਗੀਆਂ ਦੀ ਕੁੱਤੀ ਵਾਂਗੂ ਚਿੰਬੜ ਗਿਆ। ਕੱਲੇ ਨੂੰ ਕੱਲਾ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ। ਉੱਧਰੋਂ ਲੈਂਬਰ ਸਿੱਧਮਾ ਤੇ ਧਰੂ ਦੋਧਰ ਸਾਡੇ ਵੀਰਾਂ ਦਾ, ਤੈ ਇੱਧਰੋਂ ਸ਼ਾਰਪੀ ਕਰਹਾਲੀ ਸਾਹਿਬ ਸ਼ੇਪੀ ਵੀ ਸਾਡਾ ਵੀਰ ਪੁੱਜਿਆ ਹੋਇਆ ਕਾਂਜਲੇ ਵਾਲਾ, ਇਹਨਾਂ ਸੱਜਣਾਂ ਦਾ ਤੈ ਇੱਧਰੋਂ ਧੰਨਵਾਦ ਕਰਦੇ ਹਾਂ। ਤੇ ਜੋ ਕਰੋੜ ਛਾਪੇ ਵੱਲੋਂ ਪਾਈ ਹੋਈ ਕਬੱਡੀ ਹੈ, ਲੈ ਵੀ ਸੁੱਖਿਆ ਇੱਕ ਵਾਰ ਫਿਰ ਟਰਾਈ ਕਰੀ ਵਿਚਕਾਰ ਤੋਂ ਕਹਿੰਦੇ ਗੋਰਾ ਤੇ ਦੂਜੇ ਪਾਸੇ ਤੱਕਦਿਆਂ ਕਰੋੜ ਛਾਪੇ ਦੀ ਧਰਤੀ ਦਾ ਆ ਪੈਰਾਂ ਦੇ ਵਿੱਚ ਪਚਾਰ ਰੱਖ ਕੇ ਮੁੰਡਾ ਕਬੱਡੀਆਂ ਪਾਉਂਦਾ ਹੈ। ਹੰਦਿਆਂ ਦੇ ਮੁਕਾਬਲਾ ਥੋੜ੍ਹੀ ਦੂਰ ਮੇਰੇ ਵੀਰਿਓ, ਪਰ ਆਂਕੜਾ ਗੋਰੇ ਦੇ ਕਬਜ਼ੇ ਦੇ ਵਿੱਚ ਹੁੰਦਾ ਹੈ। ਵੀਰੂ ਸਹਿਣੇ ਵਾਲਾ ਆਪਣੇ ਸਾਥੀਆਂ ਨੂੰ ਮਿਲ ਲਵੇ ਜਿੱਥੇ ਵੀ ਆਵਾਜ਼ ਸੁਣਦਾ ਘਰ ਜਾਣਾ। ਵੀਰੂ ਸਹਿਣੇ ਵਾਲਾ ਸਾਰਨੇ, ਉਧਰੋਂ ਸਾਡਾ ਬਈ ਰਿੰਕੂ ਬੀਲਾ ਕਨੇਡਾ ਤੇ ਨਾਲੇ ਮਿੰਟੂ ਸਰਪੰਚ ਸਾਡੇ ਵੀਰ ਤੇ ਨਾਲੇ ਕਹਿਲ ਪਧੌੜ ਮਨਪ੍ਰੀਤ ਤਲਵੰਡੀ ਸਾਡਾ ਗੁਰਪ੍ਰੀਤ ਬੀਲਾ, ਲੈਂਬਰ ਸਿੱਧਮਾ ਤੇ ਨਾਲੇ ਰਿੱਕੀ
ਤੇ ਨਾਲ ਸਾਡਾ ਬਈ ਦੌਦਰ ਧਰੂ ਮੇਰੇ ਵੀਰੋ ਇਹਨਾਂ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਦੇ ਸੱਦੇ ਤੇ ਅੱਜ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਇਹ ਧਰਤੀ ਤੇ ਖੇਡ ਰਹੇ ਹੈ। ਹੈਲੋ ਉਧਰ ਸਾਡੇ ਜੀਤ ਯੂਐਸਏ ਜੀ ਆਖਦੇ ਕਿ ਜੇਕਰ ਸੁੱਖਾ ਪੰਡਾਲ ਦੋਨੇ ਵਾਲਾ ਜਫਾ ਲਾਵੇਗਾ 100 ਰੁਪਏ ਦੇ ਮਾਣ ਉਹਨਾਂ ਦੇ ਵੱਲੋਂ ਦਿੱਤੇ ਜਾਣੇ ਆ। ਮਾਣ ਵਾਲੀ ਗੱਲ ਹੈ ਸਾਡੇ ਇਹਨਾਂ ਦੇ ਵੀਰ ਇਹਨਾਂ ਖਿਡਾਰੀਆਂ ਦਾ ਮਾਣ ਕਰਦੇ ਹੋਏ ਆ। ਜਿਹੜੇ ਕਮੇਟੀ ਵੱਲੋਂ ਵੀ ਸੁੱਖਿਆ 500 ਹੋਣੇ ਪੰਡਾਲ ਦੋਨੇ ਵਾਲਿਆ ਇਧਰੋਂ ਵੇਖਦੇ ਇੱਕ ਕੰਡੀ ਤੋਂ ਮੇਰੇ ਵੀਰੋ ਅੱਜ ਵੇਖਦਾ। ਹੈਲੋ 75 ਵਾਲੇ ਬੈਸਟ ਰੇਡਰ ਤੇ ਜਾਫੀ ਆ ਜਾਣ ਉਹ ਆਪਣਾ ਨਾਮ ਲੈ ਜਾਣ। ਲੈ ਕੋਰੜਾਲੇ ਕਮਾਲ ਕਰੀ ਜਾਂਦੇ ਨੇ ਇਧਰੋਂ ਮੁੰਡਾ ਖੇਡਾਂ ਖੇਡਦਾ ਕਮਾਲ ਕਰ ਗਏ ਹੈ। ਅੰਗੜਾ ਯਾਫੀ ਦੇ ਕਬਜ਼ੇ ਦੇ ਵਿੱਚ ਹੁੰਦਾ ਹੋਇਆ ਧਾਲੀਵਾਲ ਬੇਟ ਦੀ ਟੀਮ ਜੇਤੂ ਆ ਸੁੱਖੇ ਵੀਰੇ। ਆ ਮੇਨ ਗੇਟ ਤੇ ਚੜਿੱਕ ਕਮੇਟੀ ਦੇ ਤੈਨੂੰ ਸੱਜਣ ਬੁਲਾ ਰਹੇ ਨੇ ਆ ਮੇਨ ਗੇਟ ਦੇ ਜਵਾਨਾਂ ਮਿਲ ਕੇ ਜਾਈ ਹਾਂ ਸਵਰਨਿਆ। ਹੈਲੋ ਕੋਲਡ ਛਾਪੇ ਦੀ ਟੀਮ ਜਿਹੜੀ ਆਪਣਾ 200 ਰੁਪਇਆ ਅੱਜ ਇੱਥੇ ਕੈਮਰੇ ਲੱਗੇ ਆ ਤਿੰਨੇ ਡਾਟ ਕੌਮਾਂ ਪੰਜਾਬ ਦੀਆਂ ਕਿਤੇ ਵੀ ਮੰਨੀਆਂ ਪ੍ਰਮੰਨੀਆਂ ਸਾਈਟਾਂ ਜਿਹੜੀਆਂ ਅੱਜ ਦੇ ਇਸ ਕਬੱਡੀ ਕੱਪ ਨੂੰ ਦੁਨੀਆ ਭਰ ਵਿੱਚ ਲਾਈਵ ਦਿਖਾ ਰਹੀ ਹੈ। ਕਬੱਡੀ 365.com ਸਾਡੇ ਵੀਰ ਪ੍ਰਦੀਪ ਕਹਿਣਾ ਜੀ ਅਤੇ ਹੈਪੀ ਸਿਲਵਰਾ ਦੀ ਕਿਹੜੇ ਜੋੜੀ ਬੜੀ ਮਸ਼ਹੂਰ ਹੈ। ਕਬੱਡੀ 365.com ਦੇ ਜ਼ਰੀਏ ਇਸ ਕਬੱਡੀ ਕੱਪ ਨੂੰ ਦੁਨੀਆ ਭਰ ਦੇ ਕਬੱਡੀ ਪ੍ਰੇਮੀਆਂ ਜੋੜ ਰਿਹਾ ਹੈ। ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਵਿੱਤਰ ਪਰਮਾਰ ਜੀ ਕਨੇਡਾ ਉਹ ਵੀ ਕਬੱਡੀ ਫੀਵਰ .com ਦੇ ਜ਼ਰੀਏ ਇਸ ਕਬੱਡੀ ਕੱਪ ਨੂੰ ਦੁਨੀਆ ਭਰ ਵਿੱਚ ਲਿਜਾ ਰਿਹਾ ਹੈ। ਅਤੇ ਸਾਡੇ ਵੀਰ ਮਾਲਵਾ TV.com ਵਾਲੇ ਅਮਰਤਪਾਲ ਸਿੰਘ ਜੀ ਸਿੱਧਵਾ ਕਲਾਂ ਵਾਲੇ ਉਹਨਾਂ ਦੀ ਸਾਈਟ ਵੀ ਜਿਹੜੀ ਅੱਜ ਇਸ ਕਬੱਡੀ ਕੱਪ ਨੂੰ ਦੁਨੀਆ ਭਰ ਵਿੱਚ ਦਿਖਾ ਰਹੀ ਹੈ। ਸਾਰੀਆਂ ਸਾਈਟਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਆਨੂ ਜੀ। ਸਾਡੇ ਜੱਸਾ ਰੈਸਰੀਆ ਕਬੱਡੀ ਖਿਡਾਰੀ ਸਿੰਘਾਪੁਰ ਦੀ ਧਰਤੀ ਤੇ ਬੈਠਾ ਇਹ ਮਾਂ ਖੇਡ ਕਬੱਡੀ ਦਾ ਆਨੰਦ ਮਾਣ ਰਹੇ ਹੈ। ਪੰਜਾਬ ਤੇ ਹਰਿਆਣੇ ਦਾ ਮੈਚ ਖੇਡਿਆ ਜਾਣਾ ਹੈ ਮੇਰੇ ਵੀਰਿਓ। ਇੱਕ ਪਾਸੇ ਮਾਣੂਕੇ ਦੀ ਟੀਮ ਤੇ ਦੂਜੇ ਪਾਸੇ ਹਰਿਆਣੇ ਦੇ ਖਿਡਾਰੀ ਖੜਨਗੇ। ਮੁਕਾਬਲਾ ਜਿਹੜਾ ਛੇਤੀ ਸ਼ੁਰੂ ਕਰਵਾ ਦਿਓ। ਸੁੱਖਾ ਪੰਡਾਲ ਕਮੇਟੀ ਨੂੰ ਆ ਕੇ ਮਿਲੇ ਉਹਦਾ ਸਨਮਾਨ ਕੀਤਾ ਜਾ ਰਿਹਾ ਹੈ। ਸੁੱਖਾ ਪੰਡਾਲ ਜੀ ਬਾਸ਼ਬਾਰ ਸਾਪਿਆਂ ਵਾਲਾ ਆਪਣੀ ਗੱਡੀ ਕੋਲੇ ਪਹੁੰਚ ਜੇ ਤੇ ਹਰਿਆਣੇ ਦੀ ਟੀਮ ਜਿਹੜੀ ਸਕੂਲ ਵਾਲੇ ਪਾਸੇ ਹੈ ਸੜਕ ਵਾਲੇ ਪਾਸੇ ਟੀਮ ਮੇਰੇ ਵੀਰੋ। ਇੱਕ ਮਿੰਟ ਜੀ ਆਪਾਂ ਮੈਚਾਂ ਦੀ ਜਿਹੜੀ ਸਾਰੀ ਲਿਸਟ ਆ ਇੱਕ ਵਾਰ ਅਨਾਊਂਸ ਕਰਨ ਲੱਗੇ ਆ। ਟੀਮਾਂ ਬਾਰ ਬਾਰ ਸਾਡੇ ਕੋਲ ਆ ਰਹੀਆਂ ਅਸੀਂ ਤੁਹਾਡੇ ਕੋਲੇ ਭੇਜੀ ਸੀ। ਹਾਂ ਜੀ ਬੋਲ ਰਹੇ ਆ ਚੌਥਾ ਮੈਚ ਖੇਡਿਆ ਜਾਣਾ। ਪੰਜਵਾਂ ਮੈਚ ਜੋਧਪੁਰ ਚੀਮਾ ਤੇ ਸੁਰਖਪੁਰ, ਛੇਵਾਂ ਮੈਚ ਸ਼ਾਮ 84 ਤੇ ਖਾਈ, ਸੱਤਵਾਂ ਮੈਚ ਥਾਂਦੇਵਾਲ ਤੇ ਚਨੇਰ, ਅੱਠਵਾਂ ਮੈਚ ਲੋਹਗੜ੍ਹ ਤੇ ਮਾੜੂ ਤੇ ਗਿੱਲ, ਨੌਵਾਂ ਮੈਚ ਬਾਬਾ ਬੋਢਾ ਜੀ ਕਲੱਬ ਏਨੜਾ ਤੇ ਕਲਸੀਆਂ, ਦਸਵਾਂ ਮੈਚ ਮੰਡੀਆਂ ਤੇ ਦੀਪਗੜ੍ਹ, ਗਿਆਰਵਾਂ ਮੈਚ ਭਲੂਰ ਤੇ ਢੰਡੋਲੀ ਬੀ, ਬਾਰਵਾਂ ਮੈਚ ਭੁੰਦਰ ਤੇ ਗਗੜਾ, ਤੇਰਵਾਂ ਮੈਚ ਬਰਨਾਲਾ ਤੇ ਭੋਤਣਾ, ਚੌਦਵਾਂ ਮੈਚ ਚੁਪਕਾ ਤੇ ਫਤਿਹਗੜ੍ਹ ਛੰਨਾ, ਪੰਦਰਵਾਂ ਮੈਚ ਬਾਲਨਾ ਤੇ ਹਿੰਮਤਪੁਰਾ, ਸੋਲਵਾਂ ਮੈਚ ਸ਼ਾਹੜ ਤੇ ਬੱਗਾ ਪਿੰਡ। ਜਨੇਤਪੁਰੇ ਦੀ ਟੀਮ ਦੇ ਵਿੱਚ ਨੋਟ ਕਰਦੀ ਬੋਲਦੀ ਹੈ ਆ 2016 ਦੇ ਕਬੱਡੀ ਕੱਪ ਦੇ ਸੁੱਖਾ ਟੀਮ ਲੈ ਕੇ ਆਊਗਾ ਪੰਡਾਲ ਦੋਨੇ ਵਾਲਾ। ਜਿਹੜੀ ਚੀਜ਼ ਆਖੂਗਾ ਉਹ ਚੀਜ਼ ਨਾਲ ਸਨਮਾਨ ਕੀਤਾ ਜਾਣਾ ਮੁੰਡੇ ਦਾ ਉਹ ਚੀਜ਼ ਨਾਲ। ਹਾਂ ਸਵਰ ਰਿਹਾ ਛੇੜ ਕਹਾਣੀ ਗੋਬਿੰਦਾ ਕਬੱਡੀ ਪਾਉਂਦਾ ਹੈ। ਲੈ ਦੇਖਦਾ ਵੀ ਉੱਧਰ ਗੋਬਿੰਦੇ ਦੀ ਪਈ ਹੋਈ ਕਬੱਡੀ ਆ। ਚਾਰ ਯਾਫੀ ਸਾਹਮਣਾ ਕਰਦੇ ਹੋਏ ਆ, ਸੁਰਤਾਲ ਵਿੱਚ ਘੁੰਮਦੀ ਹੋਈ ਚੇਨ ਆ। ਉੱਧਰ ਸਾਡਾ ਵੀਰ ਪ੍ਰਗਟ ਫੈਸਲੇ ਕਰਦਾ ਹੋਇਆ ਕਿ ਪੁਆਇੰਟ ਇਸ ਸਮੇਂ ਗੋਬਿੰਦਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ। ਉਦੋਂ ਦੇਖਦਾ ਵੀ ਅਗਲੀ ਕਬੱਡੀ ਪਾਉਣ ਲਈ ਨੌਜਵਾਨ ਧਾਵੀ ਨੇ ਟੇਕਿਆ ਮੱਥਾ ਤੇ ਮੱਥਾ ਟੇਕਿਆ ਧਾਵੀ ਨੇ ਹੱਥ ਜੋੜੇ ਆ ਲੱਗਿਆ ਰੱਬ ਨੂੰ ਧਿਆਨ ਲੋਕੋ ਮਾਰੇ ਤਾੜੀਆਂ ਸ਼ੇਰ ਨੂੰ ਦੇ ਥਾਪੀ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ। ਉੱਧਰ ਦੇਖਦੇ ਵੀ ਗੱਗੀ ਇਸ ਸਮੇਂ ਸਾਹਮਣਾ ਕਰਦਾ ਹੋਇਆ ਲੱਗਦਾ ਹੋਇਆ ਯਫਾ ਮੇਰੇ ਵੀਰੋ ਤਾੜੀ ਜ਼ਰੂਰ ਮਾਰੋ ਡੀ ਦੇ ਪ੍ਰੇਫਾ ਇਸ ਸਮੇਂ ਗੱਗੀ ਦਾ ਲੱਗਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਸਾਡੇ ਸੁੱਖਾ ਚੱਕਾ ਵਾਲਾ ਜਿਨ੍ਹਾਂ ਨੇ ਬੱਗਿਆਂ ਦੀ ਟੀਮ ਵਿਸ਼ੇਸ਼ ਤੌਰ ਤੇ ਭੇਜੀ ਹੈ ਉਹ ਵੀ ਇੰਗਲੈਂਡ ਦੀ ਧਰਤੀ ਦੇ ਸਮਾਂ ਖੇਡ ਕਬੱਡੀ ਦਾ ਆਨੰਦ ਮਾਣ ਰਹੇ ਨੇ। ਧੰਨਵਾਦ ਕਰਦੇ ਹਾਂ। ਹਾਂ ਸੋਰੀ ਲੈ ਦੇਖਾਂਗੇ ਅਗਲੀ ਕਬੱਡੀ ਮਾਲੜੀ ਹਰਿਆਣੇ ਦੀ ਟੀਮ ਦੇ ਵੱਲੋਂ ਪੰਜਾਬ ਤੇ ਹਰਿਆਣੇ ਦਾ ਕਿਤੇ ਵੀ ਸ਼ਾਨਦਾਰ ਮੈਚ ਇਸ ਸਮੇਂ ਖੇਡਿਆ ਜਾ ਰਿਹਾ ਹੈ। ਉੱਧਰ ਮਾਣੂਕੇ ਦੀ ਧਰਤੀ ਦੇ ਨੌਜਵਾਨ ਦੀ ਕੀਤੀ ਹੋਈ ਹਲਕੀ ਜਿਹੀ ਕੋਸ਼ਿਸ਼ ਆ ਪਰ ਖੇਡ ਮੈਦਾਨ ਵਿੱਚ ਕਿਤੇ ਵੀ
ਤਾਂ ਵੀ ਆਪਣੀ ਟੀਮ ਦੇ ਲਈ ਸ਼ਾਨਦਾਰ ਰੈਂਕ ਦਾ ਵਾਅਦਾ ਕਰਦਾ ਹੋਇਆ। ਉਧਰ ਮਾਣੂਕੇ ਵਾਲਾ ਗੋਬਿੰਦਾ ਮੇਰੇ ਵੀਰੋ, ਉਧਰੋਂ ਸੋਨੀ ਵੀ ਸਾਡਾ ਬਾਈ ਇੱਕ ਕਰਾਲੇ ਭਾਈਕਿਆਂ ਵਾਲਾ ਸੱਦੇ ਦਿੰਦਾ ਹੈ ਕਿ 22 ਤਰੀਕ ਨੂੰ 175 ਨਾਮ ਹੈ ਮੋਟਰਸਾਈਕਲ ਬੈਟਰੀ ਡਰਬੈਡ ਗਾਫੀਆਂ ਨੂੰ, ਦੋ ਖਿਡਾਰੀ ਜਿਹੜੇ ਬਾਹਰੋਂ ਖੇਡਣਗੇ, ਸਾਰੀਆਂ ਟੀਮਾਂ ਨੂੰ ਕਕਰਾਲੇ ਪੈ ਕੇ ਦੀ ਧਰਤੀ ਖੁੱਲਾ ਸੱਦਾ ਹੈ। ਮਾਣੂਕੇ ਦੀ ਟੀਮ ਜੇਤੂ ਹੈ ਜੀ, ਮਾਸਟਰ ਬਲਜੀਤ ਜੀ ਨੋਟ ਕਰਿਓ, ਮਾਣੂਕੇ ਦੀ ਟੀਮ ਜਿਹੜੀ ਜੇਤੂ ਆ। ਓਕੇ ਜੀ ਓਕੇ। ਦੜਬਾ ਏ ਤੇ ਬਦਾਤੇ ਅਗਲਾ ਮੈਚ, ਦੜਬਾ ਏ ਤੇ ਬਦਾਤੇ, ਯੋਧਪੁਰ ਚੀਮਾ ਤੇ ਸੁਰਖਪੁਰ ਪੰਜਵਾਂ ਮੈਚ ਖੇਡਿਆ ਜਾਣਾ, ਉਹ ਟੀਮਾਂ ਵੀ ਸੈਂਟਰ ਲਾਈਨ ਦੇ ਲਾਗੇ ਪੁੱਜ ਜਾਣਗੀਆਂ।